ਵੇਲਾ ਪਹਿਲਾਂ ਵੀ ਬੜੀ ਵਾਰੀ ਆਪਾਂ ਦੇਖਿਆ, ਪਰ ਜਿਹੜਾ ਵੇਲੇ ਦੇ ਨਾਲ ਅੰਮ੍ਰਿਤ ਸ਼ਬਦ ਲਾਇਆ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਦੇਣ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਕਿਰਪਾ ਵਰਤਾਈ, ਸਤਿਗੁਰੂ ਕਹਿੰਦੇ ਕਿ ਅੰਮ੍ਰਿਤ ਵੇਲੇ ਜਦੋਂ ਤੂੰ ਉੱਠਣਾ ਨਾ, ਉੱਠ ਕੇ ਕਰਨਾ ਕੀ ਆ, ਸਭ ਤੋਂ ਪਹਿਲਾਂ ਸਾਡਾ ਕਰਮ ਕੀ ਹੋਣਾ ਚਾਹੀਦਾ ਉੱਠਣ ਵੇਲੇ। ਸਾਨੂੰ ਕਈ ਵਾਰ ਸਿਧਾਂਤਕ ਤੌਰ ਤੇ ਵੀ ਲੋਕ ਇਹ ਗੱਲਾਂ ਬੜੇ ਲੋਕ ਕਰਦੇ ਆ ਜੀ, ਤੁਸੀਂ ਆਹ ਪਾਠ ਕਰੋ ਤੁਹਾਨੂੰ ਆਹ ਸੁੱਖ ਮਿਲੇਗਾ, ਤੁਸੀਂ ਆਹ ਪੜੋ ਜੀ ਤੁਹਾਨੂੰ ਆਹ ਸੁੱਖ ਮਿਲੇਗਾ, ਤੁਸੀਂ ਆਹ ਕਰੋਗੇ ਤੁਹਾਨੂੰ ਆਹ ਸੁੱਖ ਮਿਲੇਗਾ। ਪਰ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁੱਛਿਆ ਜਾਏ, ਮਹਾਰਾਜ ਤਾਂ ਕਹਿੰਦੇ ਨੇ ਕਿ ਯਤਨ ਬਹੁਤ ਸੌਖੇ ਕੀ ਹੈ। ਇਸ਼ਨਾਨ ਕੀਤਾ ਗਿਆ, ਇਸ਼ਨਾਨ ਤੋਂ ਪਹਿਲਾਂ ਸਤਿਗੁਰਾਂ ਨੇ ਵੀ ਕਿਹਾ ਇਸ਼ਨਾਨ ਕਰਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਵਨ ਜਿਹੜੇ ਬਚਨ ਕਹੇ ਨੇ ਸਤਿਗੁਰੂ ਪਾਤਸ਼ਾਹ ਜਿੱਥੇ ਕਹਿੰਦੇ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਸਿਮਰਨ ਕਰਨਾ, ਫਿਰ ਨਾਲ ਇਹ ਵੀ ਬਚਨ ਕਹਿ ਕੇ ਚੜ੍ਹੇ ਦਿਵਸ ਗੁਰਬਾਣੀ ਗਾਵੇ ਦਾ ਵੀ ਗੱਲ ਆਇਆ। ਸਿੰਘ ਸਾਹਿਬ ਭਾਈ ਮਣੀ ਸਿੰਘ ਹੁਣ ਜੀ ਨੇ ਇੱਕ ਉਹ ਅੰਕਾਰ ਤੋਂ ਲੈ ਕੇ 18-10-20 ਤੱਕ ਇੱਕ ਇੱਕ ਅੱਖਰ ਆਪਣੇ ਹੱਥੀ ਗੁਰਬਾਣੀ ਦਾ ਉਹਨਾਂ ਲਿਖਿਆ ਵੀ ਜੇ ਤੇਰੇ ਗੁਰੂ ਕੇ ਸਿੱਖਾਂ ਨੇ ਗੁਰਬਾਣੀ ਨੂੰ ਪੜ੍ਹਦਿਆਂ ਨਾਲ ਇਹ ਇਤਿਹਾਸ ਰਚ ਦਿੱਤਾ ਕਿ ਇਕੱਲਾ ਇਹਨੂੰ ਇੱਕ ਸੁੱਖ ਦੇ ਲਈ ਨਾ ਤੂੰ ਸਮਝੀ, ਸੁੱਖ ਦਾ ਸਾਧਨ ਨਾ, ਅਸਲ ਦੇ ਵਿੱਚ ਤਾਂ ਗੁਰਬਾਣੀ ਜੀਵਨ ਸਵਾਰਨ ਦੇ ਲਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਯੂਨੀਵਰਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਗੁਰੂ ਸਾਹਿਬ ਫਰਮਾਉਂਦੇ ਨੇ ਸਿੱਖੀ ਸਿੱਖਿਆ ਗੁਰ ਵਿਚਾਰ। ਜਿੱਥੇ ਅਸੀਂ ਰੋਜ਼ਾਨਾ ਗੁਰਬਾਣੀ ਪੜ੍ਹਦੇ ਹਾਂ ਸੁਣਦੇ ਹਾਂ, ਉੱਥੇ ਹੁਣ ਸਮੇਂ ਦੀ ਲੋੜ ਹੈ ਕਿ ਅਸੀਂ ਗੁਰੂ ਵਿਚਾਰਾਂ ਦੇ ਨਾਲ ਵੀ ਜੁੜੀਏ। ਤੱਜ ਅਸੀਂ ਗੁਰ ਵਿਚਾਰਾਂ ਦੀ ਸਾਂਝ ਪਾਵਾਂਗੇ। ਸਾਡੇ ਨਾਲ ਸੋਹਾਣਾ ਸਾਹਿਬ ਤੋਂ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਆਓ ਮਿਲਾਉਂਦੇ ਹਾਂ ਭਾਈ ਸਾਹਿਬ ਹੋਰਾਂ ਦੇ ਨਾਲ ਅਤੇ ਗੁਰੂ ਵਿਚਾਰਾਂ ਦੀ ਸਾਂਝ ਪਾਵਾਂਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਜੇਕਰ ਗੱਲ ਕੀਤੀ ਜਾਵੇ ਅੱਜ ਦੇ ਸਮੇਂ ਦੇ ਵਿੱਚ ਸਭ ਦਾ ਜੀਵਨ ਜਿਹੜਾ ਬੜਾ ਹੀ ਆਪਣੇ ਆਪਣੇ ਕੰਮਾਂ ਦੇ ਵਿੱਚ ਉਲਝਿਆ ਹੋਇਆ ਹੈ, ਪਰ ਉੱਥੇ ਜੇਕਰ ਅਸੀਂ ਗੁਰੂ ਸਾਹਿਬ ਦੇ ਵਾਸਤੇ ਸਮਾਂ ਕੱਢਦੇ ਹਾਂ, ਆਪਣੇ ਵਾਸਤੇ ਸਮਾਂ ਕੱਢਦੇ ਹਾਂ, ਗੁਰੂ ਸਾਹਿਬ ਦੀ ਗੁਰਬਾਣੀ ਦਾ ਉਚਾਰਨ ਕਰਦੇ ਹਾਂ, ਉੱਥੇ ਕਿੰਨਾ ਕੁ ਜ਼ਰੂਰੀ ਹੋ ਜਾਂਦਾ ਕਿ ਅੱਜ ਦੇ ਸਮੇਂ ਵਿੱਚ ਅਸੀਂ ਆਪਣੇ ਇਤਿਹਾਸ ਦੇ ਨਾਲ ਵੀ ਜੁੜੀਏ। ਕਹਿਣ ਦਾ ਭਾਵ ਕਿ ਗੁਰ ਵਿਚਾਰ ਜਿਹੜੀ ਹੈ ਕਿੰਨੀ ਕੁ ਜ਼ਰੂਰੀ ਹੈ ਇੱਕ ਸਿੱਖ ਦੇ ਜੀਵਨ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਬੜਾ ਗਹਿਰ ਗੰਭੀਰ ਹੈ ਜੀ ਇਹ, ਕਿ ਇੱਕ ਸਿੱਖ ਦੇ ਲਈ ਸਾਡਾ ਇਤਿਹਾਸ ਕਿੰਨਾ ਕੁ ਜ਼ਰੂਰੀ ਹੈ। ਕਿਉਂਕਿ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਜੀ, ਜਾਂ ਦੋ ਪੱਖ ਜਾਂ ਦੋ ਸਿਰੇ ਕਹਿ ਦਈਏ, ਇੱਕ ਸ਼ੁਰੂਆਤ ਵਾਲਾ ਇੱਕ ਅੰਤ ਵਾਲਾ। ਜਦੋਂ ਵੀ ਕਿਸੇ ਨੇ ਬੁਲੰਦੀਆਂ ਨੂੰ ਛੋਇਆ ਤਾਂ ਉਹ ਹੇਠਲੇ ਤਲ ਤੋਂ ਉੱਠ ਕੇ ਉੱਪਰ ਨੂੰ ਗਿਆ, ਤੇ ਡਿੱਗਣ ਦਾ ਕਾਰਨ ਉਹਦਾ ਇਹੀ ਹੈ ਕਿਉਂਕਿ ਉਹਦੇ ਵਿੱਚ ਕਮਜ਼ੋਰੀ ਆਈ। ਕਮਜ਼ੋਰੀ ਕਿੱਥੇ ਆਈ ਇਹ ਸਾਨੂੰ ਆਪਾਂ ਨੂੰ ਦੇਖਣਾ ਪੈਣਾ। ਹੁਣ ਸਭ ਤੋਂ ਪਹਿਲਾਂ ਤੁਸੀਂ ਸਵਾਲ ਕੀਤਾ ਵੀ ਗੁਰਬਾਣੀ ਦੇ ਨਾਲ, ਜਿੱਥੇ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ
ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਰੋਜ਼ ਇਹ ਬਚਨ ਗੁਰੂ ਅਮਰਦਾਸ ਮਹਾਰਾਜ ਕਰਦੇ ਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਜਿੱਥੇ ਸਾਨੂੰ ਸਤਿਗੁਰਾਂ ਨੇ ਬਾਣੀ ਗਾਉਣ ਦਾ ਉਦੇਸ਼ ਦਿੱਤਾ ਹੈ ਨਾ, ਉੱਥੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਜਪਜੀ ਸਾਹਿਬ ਦੇ ਵਿੱਚ ਕਹੇ ਨੇ। ਆਪਾਂ ਪੜ੍ਹਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਫਿਰ ਆਸਾ ਦੀ ਵਾਰ ਦੀ ਤੁਸੀਂ ਪੰਗਤੀ ਪੜ੍ਹੀ ਹੈ ਕਿ ਸਿੱਖੀ ਸਿੱਖਿਆ ਗੁਰ ਵਿਚਾਰ। ਤੀਸਰਾ ਸ਼ਬਦ ਹੋਰ ਪੜਿਆ ਜਾਂਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ, ਦੇਖ ਕਹਿਣ ਲੱਗੇ ਸਿੱਖਾ ਵੇਲਾ ਪਹਿਲਾਂ ਵੀ ਬੜੀ ਵਾਰੀ ਆਪਾਂ ਦੇਖਿਆ, ਪਰ ਜਿਹੜਾ ਵੇਲੇ ਦੇ ਨਾਲ ਅੰਮ੍ਰਿਤ ਸ਼ਬਦ ਲਾਇਆ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਦੇਣ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਕਿਰਪਾ ਵਰਤਾਈ, ਸਤਿਗੁਰੂ ਕਹਿੰਦੇ ਕਿ ਅੰਮ੍ਰਿਤ ਵੇਲੇ ਜਦੋਂ ਤੂੰ ਉੱਠਣਾ ਹੈ ਨਾ, ਉੱਠ ਕੇ ਕਰਨਾ ਕੀ ਹੈ, ਸਭ ਤੋਂ ਪਹਿਲਾਂ ਸਾਡਾ ਕਰਮ ਕੀ ਹੋਣਾ ਚਾਹੀਦਾ ਉੱਠਣ ਵੇਲੇ। ਇਸ਼ਨਾਨ ਕੀਤਾ ਗਿਆ, ਇਸ਼ਨਾਨ ਤੋਂ ਪਹਿਲਾਂ ਸਤਿਗੁਰਾਂ ਨੇ ਵੀ ਕਿਹਾ ਇਸ਼ਨਾਨ ਕਰਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਵਨ ਜਿਹੜੇ ਬਚਨ ਕਹੇ ਨੇ ਸਤਿਗੁਰੂ ਪਾਤਸ਼ਾਹ, ਜਿੱਥੇ ਕਹਿੰਦੇ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਸਿਮਰਨ ਕਰਨਾ, ਫਿਰ ਨਾਲੇ ਵੀ ਬਚਨ ਕਹਿ ਕੇ ਚੜ੍ਹੇ ਦਿਵਸ ਗੁਰਬਾਣੀ ਗਾਵੇ ਦਾ ਵੀ ਗੱਲ ਆਇਆ ਕਿ ਜਦੋਂ ਦਿਨ ਚੜ੍ਹਦਾ ਉਦੋਂ ਗੁਰਬਾਣੀ ਨੂੰ ਪੜ੍ਹਨਾ ਗੁਰਬਾਣੀ ਨੂੰ ਗਾਉਣਾ। ਪਰ ਗੁਰਬਾਣੀ ਨੂੰ ਇਕੱਲਾ ਪੜ੍ਹਨ ਤੱਕ ਸੀਮਤ ਨਾ ਰਹੀਏ। ਠੀਕ ਹੈ, ਪਾਠ ਤੁਸੀਂ ਕਰਦੇ ਹੋ, ਅਸੀਂ ਕਰਦੇ ਹਾਂ, ਆਪਾਂ ਸਾਰੇ ਕਰਦੇ ਹਾਂ, ਪਰ ਇਹਦੇ ਵਿੱਚ ਇੱਕ ਗੱਲ ਜ਼ਰੂਰ ਚੇਤੇ ਰੱਖਿਓ, ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਉਚਾਰਨ ਕੀਤਾ, ਉਹ ਕੀ ਕਾਰਨ ਸੀ, ਕਿਉਂ ਉਚਾਰਿਆ। ਜਪਜੀ ਸਾਹਿਬ ਦੇ ਵਿੱਚ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਕਿੱਡਾ ਕੁ ਸਿਧਾਂਤ ਸਾਨੂੰ ਦਿੱਤਾ ਹੋਇਆ। ਫਿਰ ਜਿੱਥੇ ਅਸੀਂ ਮੰਨ ਲਓ ਵੀ ਹੁਣ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੇ ਹਨ, ਉੱਥੇ ਇੱਕੋ ਗੱਲ ਆਪਾਂ ਨੂੰ ਕਹੀ ਜਾਂਦੀ ਹੈ। ਮੈਂ ਗੁਸਤਾਖੀ ਮਾਫ ਕਰਨੀ, ਪ੍ਰਚਾਰਕ ਹੋਣ ਦੇ ਨਾਮ ਤੇ ਮੈਂ ਚਲੋ ਸਟੇਜਾਂ ਤੇ ਵੀ ਅਕਸਰ ਬੋਲਦਾ ਰਹਿਣਾ, ਆਪ ਜੀ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਜਿੱਥੇ ਅਸੀਂ ਮੰਨ ਲਓ ਵੀ ਹੁਣ ਇੱਕ ਪੱਖ ਲਿਆ ਜਾਂਦਾ ਜੀ ਵੀ ਸਾਨੂੰ ਕਈ ਵਾਰ ਸਿਧਾਂਤਕ ਤੌਰ ਤੇ ਵੀ ਲੋਕ ਇਹ ਗੱਲਾਂ ਬੜੇ ਲੋਕ ਕਰਦੇ ਆ ਜੀ ਤੁਸੀਂ ਆਹ ਪਾਠ ਕਰੋ ਤੁਹਾਨੂੰ ਆਹ ਸੁੱਖ ਮਿਲੇਗਾ, ਤੁਸੀਂ ਆਹ ਪੜ੍ਹੋ ਜੀ ਤੁਹਾਨੂੰ ਆਹ ਸੁੱਖ ਮਿਲੇਗਾ, ਤੁਸੀਂ ਆਹ ਕਰੋਗੇ ਤੁਹਾਨੂੰ ਆਹ ਸੁੱਖ ਮਿਲੇਗਾ। ਪਰ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁੱਛਿਆ ਜਾਵੇ, ਮਹਾਰਾਜ ਤਾਂ ਕਹਿੰਦੇ ਨੇ ਕਿ ਯਤਨ ਬਹੁਤ ਸੁੱਖੇ ਕੀ, ਸੁੱਖ ਦਾ ਯਤਨ ਤਾਂ ਬੜਾ ਕਰ ਲਿਆ, ਤੂੰ ਸੁੱਖ ਲੈਣ ਦੇ ਲਈ ਬੜਾ ਕੁਛ ਕੀਤਾ ਸੀ, ਪਰ ਅਸਲ ਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੁੱਖ ਕੋ ਕੀਓ ਨਾ ਕੋਈ। ਜਿਹੜਾ ਅਸਲ ਦੇ ਵਿੱਚ ਅਸੀਂ ਮਨ ਸੀ ਦੁਖੀ ਜੀ, ਜ਼ੁਬਾਨ ਦੇ ਨਾਲ ਅਸੀਂ ਜੋ ਪੜ੍ਹੀ ਗਏ ਇੰਨੇ ਸ਼ਬਦ ਪੜ੍ਹਦੇ ਗਏ, ਪਰ ਉਸ ਗੁਰਬਾਣੀ ਨੂੰ ਅਸੀਂ ਅੰਦਰ ਨਹੀਂ ਜੇ ਵਸਾਇਆ ਗਾ। ਅੰਦਰ ਵਸਣੀ ਕਿਵੇਂ ਸੀ ਜੀ, ਸਾਨੂੰ ਜੇ ਸ਼ਬਦਾਂ ਦੀ ਪਤਾ ਲੱਗਦਾ ਵੀ ਇਸ ਇਹਦਾ ਅਰਥ ਕੀ ਬਣਦਾ। ਉੱਥੇ ਫਿਰ ਨਾਲ ਇੱਕ ਪੱਖ ਇਹ ਦੇਖੋ ਜੀ, ਜੇ ਇਤਿਹਾਸ ਅਸੀਂ ਲਿਆ ਜਾਏ ਸਾਨੂੰ ਇਤਿਹਾਸ ਤੋਂ ਵੀ ਇਸ ਗੱਲ ਤੋਂ ਜਾਣੂ ਹੋਣਾ ਚਾਹੀਦਾ। ਸਿੰਘ ਸਾਹਿਬ ਭਾਈ ਮਣੀ ਸਿੰਘ ਜੀ ਨੇ ਇੱਕ ਉਹ ਅੰਕਾਰ ਤੋਂ ਲੈ ਕੇ 18-10-20 ਤੱਕ ਇੱਕ ਇੱਕ ਅੱਖਰ ਆਪਣੇ ਹੱਥੀ ਗੁਰਬਾਣੀ ਦਾ ਉਹਨਾਂ ਲਿਖਿਆ। ਉਹਨਾਂ ਦਾ ਜਪਤਾ ਵੀ ਹੈ, ਬਾਣੀ ਉਹ ਪੜ੍ਹਦੇ ਵੀ ਰਹੇ, ਸੁਣਦੇ ਵੀ ਰਹੇ, ਉਹਨਾਂ ਨੇ ਗੁਰਬਾਣੀ ਨੂੰ ਲਿਖਿਆ ਵੀ। ਪਰ ਇਤਿਹਾਸ ਇੱਥੇ ਗਵਾਹੀ ਭਰ ਗਿਆ ਕਿ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਨਹੀਂ ਵੀ ਮੈਨੂੰ ਸੁੱਖ ਮਿਲ ਜਾਵਣ, ਮੈਨੂੰ ਸੁੱਖ ਹੀ ਸੁੱਖ ਮਿਲਿਆ ਜਾਏ। ਇਹਦਾ ਦੂਸਰਾ ਪੱਖ ਇਹ ਬਣ ਗਿਆ ਨਾ ਕਿ ਹੁਣ ਮੰਨ ਲਓ ਵੀ ਸਿੰਘ ਸਾਹਿਬ ਭਾਈ ਮਣੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਜਾਂਦਾ, ਉਹਦਾ ਕਾਰਨ ਇਹ ਸੀ ਨਾ ਕਿ ਸਿੱਖਾਂ ਸਾਨੂੰ ਵੀ ਇਸ ਗੱਲ ਤੋਂ ਜਾਣੂ ਹੋਣਾ ਚਾਹੀਦਾ ਵੀ ਜੇ ਤੇਰੇ ਗੁਰੂ ਕੇ ਸਿੱਖਾਂ ਨੇ ਗੁਰਬਾਣੀ ਨੂੰ ਪੜ੍ਹਦਿਆਂ ਨਾਲ
ਇਹ ਇਤਿਹਾਸ ਰਚ ਦਿੱਤਾ ਕਿ ਕੱਲਾ ਇਹਨੂੰ ਇੱਕ ਸੁੱਖ ਦੇ ਲਈ ਨਾ ਤੂੰ ਸਮਝੀ, ਸੁੱਖ ਦਾ ਸਾਧਨ ਨਾ, ਅਸਲ ਦੇ ਵਿੱਚ ਤਾਂ ਗੁਰਬਾਣੀ ਜੀਵਨ ਸਵਾਰਨ ਦੇ ਲਈ ਹੈ। ਇੱਕ ਉਹ ਅੰਕਾਰ ਤੋਂ ਲੈ ਕੇ 18-10-20 ਤੱਕ ਨਾ ਸਾਨੂੰ ਗੁਰਬਾਣੀ ਜੀਵਨ ਜਿਉਣ ਦਾ ਢੰਗ ਦੱਸਦੀ ਹੈ ਵੀ ਜਿਉਣਾ ਕਿਵੇਂ ਹੈ। ਅਸੀਂ ਗੁਰਬਾਣੀ ਤੋਂ ਜਾਣੂ ਹੋਣਾ ਵੀ ਤੈਨੂੰ ਇਹ ਜਿਹੜਾ ਮਨੁੱਖਾ ਜੀਵਨ ਮਿਲਿਆ ਇਹ ਮਿਲਿਆ ਕਾਹਦੇ ਵਾਸਤੇ ਹੈ। ਰੋਜ਼ ਇਹ ਸ਼ਬਦ ਆਪਾਂ ਪੜ੍ਹਦੇ ਪਏ ਹਾਂ ਕਿ ਭਈ ਪ੍ਰਾਪਤ ਮਾਨੁੱਖ ਦਿਹਰੀ ਆ ਗੋਬਿੰਦ ਮਿਲ ਕੇ ਇਹ ਤੇਰੀ ਵਾਰੀ ਪੜ੍ਹਿਆ ਜਾਂਦਾ ਹੈ ਵੀ ਲੰਬੇ ਸਮੇਂ 84 ਲੱਖ ਜੂਨ ਤੋਂ ਬਾਅਦ ਆ ਸਾਨੂੰ ਮਨੁੱਖਾ ਜੀਵਨ ਮਿਲਿਆ। ਵਾਰ ਵਾਰ ਨਹੀਂ ਜੇ ਮਿਲਣਾ, ਪਰ ਇਹ ਜੇ ਸਾਨੂੰ ਮਿਲਿਆ ਨਾ ਇਸ ਜਨਮ ਦਾ ਸਾਨੂੰ ਲਾਭ ਤੇ ਫਾਇਦਾ ਉਠਾਉਣਾ ਚਾਹੀਦਾ। ਅਸੀਂ ਇਹਨੂੰ ਅਜਾਈ ਗਵਾ ਰਹੇ ਹਾਂ। ਸਾਨੂੰ ਆਪਣੀ ਗੁਰਬਾਣੀ ਤੋਂ ਵੀ ਜਿੱਥੇ ਸਾਨੂੰ ਸਤਿਗੁਰਾਂ ਨੇ ਦੇਖੋ ਜੀ ਆਦਿ ਕਾਲ ਤੋਂ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਬੜੇ ਧਰਮ ਨੇ, ਬੜੇ ਧਾਰਮਿਕ ਗ੍ਰੰਥ ਆ, ਸਭ ਸਤਿਕਾਰਯੋਗ ਨੇ, ਪਰ ਉਹ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵੇਲੇ ਨਹੀਂ ਲਿਖੇ ਗਏ, ਉਹਨਾਂ ਪੈਗੰਬਰਾਂ ਦੇ ਔਲੀਏ ਅਵਤਾਰਾਂ ਦੇ ਜਾਣ ਤੋਂ ਬਾਅਦ ਲਿਖੇ ਗਏ ਆ। ਪਰ ਸਾਡੇ ਤੇ ਸਤਿਗੁਰਾਂ ਨੇ ਐਡਾ ਤਰਸ ਕੀਤਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ 6 ਗੁਰੂ ਸਾਹਿਬਾਨਾਂ ਨੇ ਜੋ ਬਚਨ ਉਚਾਰਨ ਕੀਤੇ ਆ ਨਾ ਉਹ ਸਤਿਗੁਰਾਂ ਨੇ ਕਿਸੇ ਤੇ ਨਹੀਂ ਛੱਡਿਆ ਵੀ ਚਲੋ ਵੀ ਸਾਡੇ ਤੋਂ ਬਾਅਦ ਲਿਖੇ ਜਾਣਗੇ। ਮਹਾਰਾਜ ਨੇ ਆਪ ਖੁਦ ਲਿਖੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਜਦੋਂ ਸਤਿਗੁਰੂ ਯਾਤਰਾ ਦਰਮਿਆਨ ਜਦੋਂ ਗਏ ਜਾਂ ਆਪਾਂ ਉਦਾਸੀਆਂ ਦੀ ਗੱਲ ਕਰਦੇ ਹਾਂ ਉੱਥੇ ਭਾਈ ਗੁਰਦਾਸ ਜੀਆਂ ਨੇ ਗੱਲ ਕਹੀ ਨਾ ਕਿ ਆਸਾ ਹੱਥ ਕਿਤਾਬ ਕੱਛ, ਜੋ ਕਿਤਾਬ ਜਿਹਨੂੰ ਆਪ ਪੋਥੀ ਸਾਹਿਬ ਸ਼ਬਦ ਵਰਤਦੇ ਆ ਉਹ ਇਹਦਾ ਮਤਲਬ ਕਿ ਮਹਾਰਾਜ ਨੇ ਆਪ ਖੁਦ ਲਿਖੀ ਆ ਗੁਰਬਾਣੀ, ਕਿਸੇ ਤੇ ਨਹੀਂ ਛੱਡਿਆ ਹੈਗਾ। ਉਹਦਾ ਕਾਰਨ ਇਹ ਕਿ ਸਿੱਖਾ ਵੀ ਜੇ ਤੇਰੇ ਗੁਰੂ ਨੇ ਇੱਕ ਇੱਕ ਜਿਹੜਾ ਸ਼ਬਦ ਤੈਨੂੰ ਸਿਧਾਂਤ ਲਿਖ ਕੇ ਦਿੱਤਾ ਇਹਦੇ ਤੋਂ ਜਾਣੂ ਹੋ, ਇਸ ਗੁਰਬਾਣੀ ਦੀ ਵਿਚਾਰ ਕਰ, ਇੱਕ ਇੱਕ ਸ਼ਬਦ ਦੀ ਤੈਨੂੰ ਸਮਝ ਹੋਣੀ ਚਾਹੀਦੀ ਹੈ। ਜਿੱਥੇ ਹੁਣ ਆਪਾਂ ਮੰਨ ਲਓ ਵੀ ਸ਼ੁਰੂਆਤ ਦਾ ਸ਼ਬਦ ਪੜ੍ਹਦੇ ਪਏ ਹਾਂ, ਇੱਕ ਉਹ ਅੰਕਾਰ, ਉਹ ਅੰਕਾਰ ਉਸ ਪਰਮਾਤਮਾ ਦਾ ਪਸਾਰਾ, ਰੱਬ ਕਿੰਨੇ ਆ ਬਹੁਤੇ ਨਹੀਂ ਉਹ ਇੱਕ। ਫਿਰ ਜੇ ਹੁਣ ਆਪ ਪਰਮਾਤਮਾ ਦਾ ਐਡਾ ਵੱਡਾ ਪਸਾਰਾ ਜੇ ਰੱਬ ਇੱਕ ਹੈ ਫਿਰ ਉਹਦੇ ਰਚਿਆ ਹੋਇਆ ਮਨੁੱਖ ਸਾਰਿਆਂ ਦੇ ਵਿੱਚ ਇੱਕ ਕਿਉਂ ਨਹੀਂ ਜੇ ਦੇਖਦਾ? ਬਿਲਕੁਲ, ਉਹ ਆਪਣੇ ਪਰਿਵਾਰ ਦੇ ਲਈ ਕੁਝ ਹੋਰ, ਬਾਹਰਦਿਆਂ ਦੇ ਲਈ ਕੁਝ ਹੋਰ, ਦੁਸ਼ਮਣ ਦੇ ਲਈ ਉਹਦੀ ਬੋਲ ਬਾਣੀ ਤੇ ਉਹਦੀ ਨਜ਼ਰੀਆ ਕੁਝ ਹੋਰ ਹੋਏਗਾ, ਮਿੱਤਰ ਦੇ ਲਈ ਕੁਝ ਹੋਰ ਹੋਏਗਾ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਤਾਂ ਇਹ ਸਾਨੂੰ ਸਿਧਾਂਤ ਸਿਖਾਇਆ ਸੀਗਾ ਨਾ, ਸਾਡੇ ਜਿਹੜੇ ਸਿੱਖੀ ਦੇ ਸਿਧਾਂਤ ਨੇ। ਮਹਾਰਾਜ ਨੇ ਕਿਹਾ ਸੀਗਾ ਵੀ ਆਪਣ ਮੀਤ ਹਮ ਸਭ ਕੋ ਕੀਨਾ, ਹਮ ਸਭ ਨਾ ਕੇ ਸਾਜਨ, ਵੀ ਸਾਰੇ ਮੇਰੇ ਮਿੱਤਰ ਨੇ, ਉਹਨਾਂ ਤਾਂ ਕੋਈ ਦੁਸ਼ਮਣ ਹੀ ਨਹੀਂ। ਨਾਲੇ ਸ਼ਬਦ ਆਪਾਂ ਇਹ ਪੜ੍ਹਦੇ ਪਏ ਹਾਂ ਰੋਜ਼, ਇਹਨੂੰ ਵਿਚਾਰ ਅਧੀਨ ਸੀ ਨਾ, ਵਿਚਾਰਿਆ ਨਹੀਂ। ਜੇ ਵਿਚਾਰਿਆ ਹੁੰਦਾ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਮਹਾਰਾਜ ਨੇ ਮੂਲ ਮੰਤਰ ਦੇ ਵਿੱਚ ਜਿੱਥੇ ਨਿਰਭਉ ਨਿਰਵੈਰ ਸ਼ਬਦ ਵਰਤਿਆ ਵੀ ਉਹਦਾ ਕੋਈ ਕਿਸੇ ਨਾਲ ਵੈਰ ਨਹੀਂ, ਉਹ ਡਰ ਤੋਂ ਰਹਿਤਾ, ਉਹ ਕਿਸੇ ਨੂੰ ਡਰਦਾ ਨਹੀਂ, ਕਿਸੇ ਨੂੰ ਡਰਾਉਂਦਾ ਨਹੀਂ। ਪਰ ਇਨਸਾਨ ਕਿਸੇ ਨੂੰ ਕਿਉਂ ਧਮਕੀਆਂ ਦਿੰਦਾ, ਕਿਉਂ ਡਰਾਉਂਦਾ, ਇਨਸਾਨ ਕਿਸੇ ਦੇ ਉੱਤੇ ਕਿਉਂ ਦੋਸ਼ਣ ਲਾਉਂਦਾ? ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਲਿਆ ਉਹ ਪਰਮਾਤਮਾ ਦਾ ਵੈਰ ਕਿਸੇ ਨਾਲ ਨਹੀਂ, ਫਿਰ ਤੂੰ ਵੀ ਉਹਦੀ ਰਚੀ ਹੋਈ ਸ੍ਰਿਸ਼ਟੀ ਦੇ ਵਿੱਚ ਹੈ, ਰੱਬ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਨਾਲ, ਉਹਦੀ ਮਨੁੱਖਤਾ ਦੇ ਨਾਲ ਸਾਡਾ ਵੈਰ ਰੱਖਣਾ ਮਤਲਬ ਨਹੀਂ ਜੇ ਬਣਦਾ ਗਾ। ਸਾਨੂੰ ਤਾਂ ਸਗੋਂ ਇਹ ਕਹਿਣਾ ਚਾਹੀਦਾ ਹਰ ਇੱਕ ਚੀਜ਼ ਨੂੰ, ਜੇ ਦਰਖਤਾਂ ਨੂੰ ਦੇਖਿਆ, ਮਨੁੱਖਤਾ ਨੂੰ ਦੇਖਿਆ, ਕਿਸੇ ਵੀ ਚੀਜ਼ ਨੂੰ ਦੇਖਦੇ ਆ, ਉੱਥੇ ਦਾ ਹੱਥ ਜੋੜ ਕੇ ਹੀ ਕਹਿਣਾ ਚਾਹੀਦਾ ਨਾ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਸਿਧਾਂਤ ਦੱਸਿਆ, ਦੇਖੋ ਗੁਰਬਾਣੀ ਦੇ ਨਾਲ ਨਾਲ
ਜਿੱਥੇ ਗੁਰਬਾਣੀ ਪੜ੍ਹਦੇ ਹਾਂ, ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਕਈ ਵਾਰ ਐਸਾ ਹੁੰਦਾ ਵੀ ਮੈਂ ਪਾਠ ਸਾਰਾ ਕਰਕੇ ਉੱਠਣਾ। ਪਰ ਮੈਂ ਬੇਨਤੀ ਕਰਾਂ, ਭਾਵੇਂ ਇੱਕ ਪੰਗਤੀ ਪੜ੍ਹ ਲਓ, ਉਸ ਪੰਗਤੀ ਨੂੰ ਵਿਚਾਰ ਲਓ ਵੀ ਇਹਦੇ ਵਿੱਚ ਸਤਿਗੁਰਾਂ ਨੇ ਸਾਨੂੰ ਕੀ ਦਰਸਾਇਆ। ਬਿਲਕੁਲ ਬਿਲਕੁਲ ਬਾਬਾ ਜੀ, ਮੈਂ ਰੋਕਣਾ ਚਾਹੂੰਗਾ, ਇਹੀ ਤੁਹਾਡੇ ਜਵਾਬ ਦੇ ਵਿੱਚ ਹੀ ਸਵਾਲ ਖੜਾ ਹੋ ਗਿਆ। ਕਈ ਵਾਰ ਕੀ ਹੁੰਦਾ ਕਿ ਇੱਕ ਵਿਅਕਤੀ ਬੈਠਦਾ ਚੌਂਕੜਾ ਲਾ ਕੇ 10-10 ਪਾਠ ਵੀ ਕਰ ਲੈਂਦਾ, ਤੇ ਬਾਅਦ ਨੂੰ ਇਹ ਚੀਜ਼ ਦਾ ਹੰਕਾਰ ਵੀ ਕਿਤੇ ਨਾ ਕਿਤੇ ਹੋ ਜਾਂਦਾ ਵੀ ਮੈਂ ਅੱਜ 10 ਪਾਠ ਕਰ ਲਏ। ਪਰ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਪਾਠ ਕੀਤਾ ਉਹੀ ਸਫਲ ਹੋ ਜਾਊਗਾ ਜੇਕਰ ਉਸਨੂੰ ਵਿਚਾਰ ਕੇ ਕਰ ਲਿਆ ਜਾਵੇ? ਅਸਲ ਦੇ ਵਿੱਚ ਦੇਖੋ ਜੀ, ਕਿਉਂਕਿ ਸਤਿਗੁਰੂ ਜੀ ਨੇ ਤਾਂ ਗਿਣਤੀਆਂ ਮਿਣਤੀਆਂ ਦੇ ਵਿੱਚੋਂ ਬਾਹਰ ਕੱਢਿਆ ਹੋਇਆ, ਉਹਨਾਂ ਨੇ ਸਾਨੂੰ ਗਿਣਤੀਆਂ ਦੇ ਵਿੱਚ ਨਹੀਂ ਪਾਇਆ ਵੀ ਹਾਂ ਵੀ ਇੰਨੀ ਗਿਣਤੀ ਦੇ ਪਾਠ ਕਰਨੇ ਆ, ਆਹ ਕੁਝ ਹੀ ਕਰਦਾ। ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਕਈ ਵਾਰ ਐਸਾ ਹੁੰਦਾ ਨਾ ਜੀ ਗੱਲ ਦੇ ਵਿੱਚ ਬਾਅਦ ਦੇ ਵਿੱਚ ਵੀ ਬੜਾ ਤਰ੍ਹਾਂ ਤਰ੍ਹਾਂ ਦਾ ਕੁਝ ਹੋਣ ਲੱਗ ਪੈਂਦਾ, ਪਰ ਮੈਂ ਬੇਨਤੀ ਇਹ ਤੁਹਾਨੂੰ ਕਰਨਾ ਚਾਹੁੰਦਾ, ਅਸਲ ਦੇ ਵਿੱਚ ਅਸੀਂ ਗਿਣਤੀਆਂ ਦੇ ਵਿੱਚ ਉਲਝ ਕੇ ਰਹਿ ਗਏ। ਬਿਲਕੁਲ, ਮੰਨ ਲਓ ਤੁਸੀਂ ਪਾਠ ਜ਼ਿਆਦਾ ਕਰ ਲਏ, ਮੇਰੇ ਮਨ ਦੇ ਵਿੱਚ ਇਹ ਆ ਗਿਆ ਵੀ ਉਹਨੇ ਜ਼ਿਆਦਾ ਕੀਤੇ, ਮੈਂ ਪਿੱਛੇ ਕਰਾਂ, ਮੈਂ ਜ਼ਿਆਦਾ ਕਰਾਂ ਹੋਰ। ਅਸੀਂ ਸਿਰਫ ਇੱਕ ਦੂਸਰੇ ਦੀ ਗਿਣਤੀ ਦੇਖਦੇ ਗਏ ਵੀ ਹੁਣ ਇੰਨਾ ਕਰਤਾ ਮੈਂ, ਇੰਨਾ ਕਰਨਾ ਉਹ, ਇੰਨਾ ਬੋਲ ਰਿਹਾ ਮੈਂ, ਆਹ ਬੋਲਣਾ ਉਹਨੇ ਆਹ ਜਵਾਬ ਦਿੱਤਾ ਮੈਂ ਇਹ ਕਹਿਣਾ, ਪਰ ਅਸਲ ਦੇ ਵਿੱਚ ਜੋ ਤੁਸੀਂ ਉਹਦੇ ਵਿੱਚ ਜੋ ਲਿਖਿਆ ਹੈਗਾ ਗੁਰੂ ਗ੍ਰੰਥ ਸਾਹਿਬ। ਹੁਣ ਇੱਕ ਚਲੋ ਮੈਂ ਇੱਕ ਬੇਨਤੀ ਹੋਰ ਆਪ ਜੀ ਨੂੰ ਕਰਾਂ, ਅਰਦਾਸ ਦੇ ਵਿੱਚ ਆਪਾਂ ਇੱਕ ਸ਼ਬਦ ਪੜ੍ਹ ਲੈਂਦੇ ਹਾਂ, ਸਤਿਗੁਰਾਂ ਦਾ ਪੜ੍ਹਦੇ ਹਾਂ ਨਾ, ਮਹਾਰਾਜ ਦੇ ਅੱਗੇ ਬੇਨਤੀ ਸਾਰੇ ਕਰਦੇ ਹਾਂ ਕਿ ਆਪ ਜੀ ਦੇ ਦਰਸ਼ਨ ਦੀਦਾਰ ਪਾਠ ਦਾ ਧਿਆਨ ਧਰਕੇ ਸ਼ਬਦ ਵਰਤਿਆ ਜਾਂਦਾ ਨਾ, ਬੋਲੋ ਜੀ ਵਾਹਿਗੁਰੂ ਬੋਲਿਆ ਜਾਂਦਾ ਨਾ। ਹੁਣ ਅਸਲ ਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਹੈ ਕੀ? ਪਾਠ ਕਰੋ, ਹਰ ਇੱਕ ਸਿੱਖ ਦਾ ਫਰਜ਼ ਹੈ ਤੇ ਜਿਹੜਾ ਸਿੱਖ, ਕਿਉਂਕਿ ਰੱਬ ਨੂੰ ਮੁੱਖ ਦਿਖਾਉਣ ਜੋਗੇ ਹੋ ਜਾਣਗੇ, ਸਾਨੂੰ ਪਾਠ ਆਪ ਕਰਨਾ ਚਾਹੀਦਾ। ਖੁਦ ਤੁਸੀਂ ਪਾਠ ਜਦੋਂ ਆਪ ਕਰੋਗੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠ ਕੇ, ਕਿਉਂਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਲੋ ਅਗਲੇ ਦਿਨਾਂ ਇਹਨਾਂ ਦਿਨਾਂ ਦੇ ਵਿੱਚ ਜੋਤੀ ਜੋਤ ਸਤਿਗੁਰਾਂ ਦਾ ਆ ਰਿਹਾ, ਗੁਰਤਾ ਗੱਦੀ ਦਿਵਸ ਤਕਰੀਬਨ 15 ਤਰੀਕ ਨੂੰ ਆ ਰਿਹਾ ਨਾ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਦਿਨ ਜੋਤੀ ਜੋਤ ਸਮਾਉਣ ਲੱਗਿਆ, ਸਤਿਗੁਰਾਂ ਨੇ ਬਚਨ ਇਹੀ ਕਹੇ ਸੀ, ਮਹਾਰਾਜ ਇਹ ਕਹਿਣ ਲੱਗੇ ਭਲਿਆ ਜੇ ਕਹਿੰਦੇ ਮੇਰੇ ਦਰਸ਼ਨ ਕਰਨੇ ਆ ਨਾ, ਜੋ ਸਿੱਖ ਮਮ ਦਰਸ਼ਨ ਕੀ ਚਾਹੇ ਦਰਸ਼ਨ ਕਰਿਆ ਗ੍ਰੰਥ ਜੀ ਮਹਾ। ਮਹਾਰਾਜ ਕਹਿਣ ਲੱਗੇ ਜੇ ਤੁਸੀਂ ਮੇਰੇ ਦਰਸ਼ਨ ਕਰਨੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ। ਜੇ ਮਹਾਰਾਜ ਕਹਿੰਦੇ ਤੋ ਹੁਣ ਅਸੀਂ ਦਰਸ਼ਨ ਕੀ ਕਰਦੇ ਹਾਂ ਜੀ, ਉਹ ਕੱਲਾ ਰਮਾਲਾ ਸਾਹਿਬ ਚੱਕ ਕੇ, ਇਸ ਤਰ੍ਹਾਂ ਨਹੀਂ। ਦਰਸ਼ਨ ਦਾ ਅਸਲ ਦੇ ਵਿੱਚ ਮਤਲਬ ਹੁੰਦਾ ਹੈ ਕਿ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਤੂੰ ਬਾਣੀ ਨੂੰ ਆਪ ਪੜ੍ਹ ਖੁਦ, ਤੈਨੂੰ ਇੱਕ ਇੱਕ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰੇ ਦਰਸ਼ਨ ਹੋ ਜਾਣਗੇ। ਤੁਸੀਂ ਮੰਨ ਲਓ ਵੀ ਆਪਾਂ ਇੱਕ ਸਾਲ ਦੇ ਵਿੱਚ ਜੇ ਹਰ ਰੋਜ਼ ਆਪਾਂ 4 ਅੰਗ ਕਰਦੇ ਹਾਂ, ਇੱਕ ਸਾਲ ਦੇ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਜਾਣੇ। ਜਦੋਂ ਆਪ ਅਸੀਂ ਗੁਰਬਾਣੀ ਪੜ੍ਹਾਂਗੇ, ਆਪ ਪੜ੍ਹਿਆ ਹੋਏਗਾ ਮਹਾਰਾਜ ਦੇ, ਫਿਰ ਸਾਨੂੰ ਇਹ ਨਹੀਂ ਕਹਿਣਾ ਪਏਗਾ ਵੀ ਤੂੰ ਸਿੱਖੀ ਧਾਰਨ ਕਰ, ਉਹਨੂੰ ਪਤਾ ਹੋਏਗਾ ਵੀ ਸਿੱਖੀ ਦੇ ਸਿਧਾਂਤ ਕੀ ਨੇ, ਜੀਵਨ ਮਿਲਿਆ ਕਾਹਦੇ ਲਈ ਹੈ। ਸਾਨੂੰ ਇਹ ਨਹੀਂ ਕਹਿਣਾ ਪਏਗਾ ਤੂੰ ਪਤਿਤ ਪੁਣੇ ਤੋਂ ਦੂਰ ਹੋ, ਕਿਉਂਕਿ ਉਹਨੇ ਬਾਣੀ ਪੜ੍ਹੀ, ਉਹਨੂੰ ਪਤਾ ਹੋਏਗਾ ਵੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਪਤਿਤ ਪੁਣੇ ਦੇ ਲਈ ਕਿੰਨਾ ਕੁਝ ਸਤਿਗੁਰਾਂ ਨੇ ਬਾਣੀ ਅੰਦਰ ਕਿਹਾ। ਸਾਨੂੰ ਇਸ ਗੱਲ ਦਾ ਪਤਾ ਹੋਏਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਹੰਕਾਰ ਤੋਂ ਦੂਰ ਕੀਤਾ, ਮਾਇਆ ਮਮਤਾ ਤੋਂ ਦੂਰ ਕੀਤਾ, ਅਸੀਂ ਜੁੜਨਾ ਕਿਹਦੇ ਨਾਲ ਹੈ, ਕਿਹੋ ਜੀ ਸਾਡੀ ਵਿਚਾਰਧਾਰਾ ਹੋਣੀ ਚਾਹੀਦੀ ਆ, ਸਾਡੀ ਸੋਚ ਕਿਹੋ ਜਿਹੀ ਹੋਣੀ ਚਾਹੀਦੀ ਆ, ਅਸੀਂ ਸਿੱਖੀ ਦੇ ਧਾਰਨੀ ਕਿਵੇਂ ਬਣ ਸਕਦੇ ਹਾਂ, ਉਹਨਾਂ ਸਿਧਾਂਤਾਂ ਦੇ ਉੱਤੇ ਚੱਲ ਕਿਵੇਂ ਸਕਦੇ ਹਾਂ, ਕਿਉਂਕਿ ਇਹ ਸਾਨੂੰ ਗੁਰਬਾਣੀ ਦੇ ਵਿੱਚੋਂ ਹੀ ਪਤਾ ਲੱਗਣਾ ਹੈ।
ਉਹ ਪਤਾ ਉਦੋਂ ਲੱਗੇਗਾ ਜਾਂ ਤਾਂ ਅਸੀਂ ਆਪ ਖੁਦ ਕਿਸੇ ਐਸੇ ਰੱਬ ਦੇ ਪਿਆਰੇ ਦੀ ਨਾਮ ਜਪਣ ਵਾਲੇ ਦੀ ਸੰਗਤ ਕਰੀਏ ਜਿਹੜਾ ਸਾਨੂੰ ਇੱਕ ਇੱਕ ਅੱਖਰ ਗੁਰਬਾਣੀ ਦਾ ਸਾਨੂੰ ਅਰਥ ਸਮਝਾ ਸਕੇ। ਸਿਧਾਂਤਕ ਤੌਰ ਤੇ ਵੀ ਅਸਲੇ ਦੇ ਅਰਥ ਬਣਦੇ ਕੀ ਨੇ। ਔਰ ਦੂਸਰਾ, ਕਿਉਂਕਿ ਮੈਂ ਇੱਕ ਬੇਨਤੀ ਹੋਰ ਕਰਾਂ, ਕਿਉਂਕਿ ਸਿਰਫ ਜੇ ਆਪਾਂ ਹੁਣ ਮੰਨ ਲਓ ਵੀ ਇੱਕ ਚੀਜ਼ ਨੂੰ ਅਰਥਾਂ ਦੇ ਵਿੱਚ ਜੇ ਬੰਨ ਲਈਏ ਵੀ ਇੰਨਾ ਕੁ ਨਹੀਂ, ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਇੰਨੇ ਕਹੋ ਜਿਹਨੂੰ ਆਪਾਂ ਬਾਣੀ ਦੇ ਵਿੱਚ ਕਹਿੰਦੇ ਹਾਂ ਨਾ ਕਿ ਤੇਰਾ ਅੰਤ ਨਾ ਜਾਈ ਲਖਿਆ, ਉਹਦਾ ਅੰਤ ਨੀ ਜੇ ਪਾਇਆ ਜਾ ਸਕਦਾ ਗਾ। ਹੁਣ ਇੱਕ ਇੱਕ ਅੱਖਰ ਤੁਸੀਂ ਇੱਕ ਓਂਕਾਰ ਦੇ ਅਰਥ ਕਰਨ ਲੱਗ ਜਾਓ, ਕਿੰਨੇ ਅਰਥ ਬਣਦੇ ਨੇ। ਜਪਜੀ ਸਾਹਿਬ ਦਾ ਅੱਜ ਤੱਕ 900 ਟੀਕਾ ਹੋ ਚੁੱਕਿਆ ਜੀ, ਕਿਸੇ ਨੇ ਕਿਹਾ ਹੀ ਨੀ ਗਾ ਵੀ ਮੈਂ। ਹੁਣ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਦਿਨ ਗੁਰਬਾਣੀ ਲਿਖਵਾਈ ਮਹਾਰਾਜ ਨੇ, ਉਸ ਦਿਨ ਵੀ ਬਚਨ ਸਤਿਗੁਰਾਂ ਨੇ ਕਹੇ ਸਨ। ਮਹਾਰਾਜ ਕਹਿੰਦੇ ਨਾ ਵੀ ਗੁਰਬਾਣੀ ਲਿਖਵਾ ਦਿੱਤੀ, ਅਰਥ ਵੀ ਸਤਿਗੁਰਾਂ ਨੇ ਪੜਾਏ, ਸਿੱਖਾਂ ਬੇਨਤੀ ਵੀ ਕੀਤੀ, ਮਹਾਰਾਜ ਜਿੱਥੇ ਏਡੀ ਕਿਰਪਾ ਕੀਤੀ ਤੁਸੀਂ ਮਹਾਰਾਜ ਦੇ ਸਰੂਪ ਲਿਖਵਾਏ ਨੇ, ਉੱਥੇ ਆਪ ਕਿਰਪਾ ਕਰਕੇ ਸਤਿਗੁਰੂ ਅਰਥ ਵੀ ਲਿਖਵਾ ਦਿਓ। ਮਹਾਰਾਜ ਕਹਿੰਦੇ ਸਿੱਖੋ ਜੇ ਅਰਥ ਮੈਂ ਲਿਖਵਾ ਗਿਆ, ਸਾਰਿਆਂ ਨੇ ਇੰਨੇ ਕੁ ਦੇ ਵਿੱਚ ਹੀ ਸੀਮਿਤ ਰਹਿ ਜਾਣਾ ਵੀ ਜਿਹੜੇ ਅਰਥ ਗੁਰੂ ਗੋਬਿੰਦ ਸਿੰਘ ਜੀ ਕਰਗੇ ਵੀ ਇਹੀ ਹੈ। ਮਹਾਰਾਜ ਕਹਿੰਦੇ ਉਹ ਪਾਰ ਬ੍ਰਹਮ ਪਰਮੇਸ਼ਰ ਐਡਾ ਕੁ ਅਥਾ ਬੇਅੰਤ ਹੈ, ਉਹਦਾ ਕਹਿੰਦੇ ਵੀ ਪਾਰਾਵਾਰ ਨਹੀਂ ਜੇ ਪਾਇਆ ਜਾ ਸਕਦਾ। ਉਹਨਾਂ ਨੇ ਤਾਂ ਜੋ ਪੰਜਵੇਂ ਪਾਤਸ਼ਾਹ ਨੇ ਬਚਨ ਕੀਤੇ ਨਾ ਕਿ ਜਿਹਵਾ ਏਕ ਕਵਨ ਗੁਣ ਕਹੀਏ ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕੀ ਨਹੀਂ ਲਈ। ਬੇਨਤੀ ਆਪਾਂ ਇਹ ਕਰ ਰਹੇ ਸੀ ਕਿ ਗੁਰੂ ਸਾਹਿਬ ਜੀ ਦੇ ਜਿਹੜੇ ਦਰਸ਼ਨ ਨੇ ਉਹ ਇੱਕ ਇੱਕ ਅੱਖਰ ਨੂੰ ਪੜ੍ਹ ਕੇ, ਇੱਕ ਇੱਕ ਅੱਖਰ ਨੂੰ ਵਿਚਾਰ ਕੇ, ਸਮਝ ਕੇ। ਹੁਣ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਪਾਂ ਜਿੱਥੇ ਗੱਲ ਕਰਦੇ ਪਏ ਸੀਗੇ ਵੀ ਮੰਨ ਲਓ ਵੀ 24 ਅਸ਼ਟਪਦੀਆਂ ਨੇ, ਉਹਨਾਂ ਤੁਸੀਂ ਦੋ ਦੋ ਕਰ ਲਓ, ਇੱਕ ਇੱਕ ਅਸ਼ਟਪਦੀ ਕਰ ਲਈ ਜਾਏ, ਉਹਨੂੰ ਤੁਸੀਂ ਵਿਚਾਰ ਲਓ ਘਰ ਦੇ ਵਿੱਚ ਪੜ੍ਹਨਾ ਚਾਹੁੰਦੇ ਆ। ਇਕੱਲਾ ਇਹ ਨਹੀਂ ਹੁੰਦਾ, ਕਿਉਂਕਿ ਹੁਣ ਦੇਖੋ ਜੀ ਕਿਸੇ ਨੂੰ ਵੀ ਤੁਸੀਂ ਪੁੱਛੋ, ਮਾਫ਼ ਕਰਨਾ, ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਉਹ ਇੱਕ ਹੋਏਗਾ ਵੀ ਜਿਹਦਾ ਜਦ ਤੱਕ ਅਸੀਂ ਪੰਜਾਂ ਬਾਣੀਆਂ ਦਾ ਨਿਤਨੇਮ ਕਰਦੇ ਹਾਂ ਵੀ ਉਹ ਤਕਰੀਬਨ ਸਾਡਾ ਘੰਟਾ ਡੇਢ ਘੰਟਾ ਮਨ ਉੱਥੇ ਟਿਕਾ ਦੇ ਵਿੱਚ ਕਿਸੇ ਵਿਰਲੇ ਦਾ ਰਹਿੰਦਾ ਜੀ। ਕੀਰਤਨ ਚੱਲਦਾ ਹੋਏਗਾ, ਕਥਾ ਚੱਲਦੀ ਹੋਏਗੀ, ਤੁਸੀਂ ਉੱਥੇ ਵੀ ਦੇਖਿਓ, ਕਿਉਂਕਿ ਸਾਡਾ ਮਨ ਬਾਹਰ ਬਹੁਤ ਜ਼ਿਆਦਾ ਦੌੜਦਾ ਹੈ, ਟਿਕਾ ਦੇ ਵਿੱਚ ਨਹੀਂ। ਹੁਣ ਟਿਕਾ ਦੇ ਵਿੱਚ ਆਏਗਾ ਕਦੋਂ? ਕਿਉਂਕਿ ਜਦੋਂ ਅਸੀਂ ਸ਼ਬਦ ਦੇ ਨਾਲ ਅੰਦਰੋਂ ਜੁੜ ਜਾਵਾਂਗੇ। ਤੇ ਇਹਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਦੇਖੋ ਬਾਣੀ ਅੰਦਰ ਕਿਹਾ ਨਾ, ਗੁਰੂ ਚੌਥੇ ਪਾਤਸ਼ਾਹ ਜੀ ਦੇ ਬਚਨ ਨੇ, ਸਤਿਗੁਰੂ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੇ, ਸਾਰੇ ਆਉਂਦੇ ਨੇ ਪੂਜਾ ਕਰਨ, ਸਭ ਗਾਵੇ ਹਰ ਹਰ ਉੱਤਮ ਬਾਣੀ, ਉੱਤਮ ਬਾਣੀ ਨੂੰ ਗਾਇਆ ਵੀ ਜਾਂਦਾ, ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ, ਤਿਨਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ, ਸਤ ਸਤ ਗਰਮਾਨੀ। ਵੀ ਗੁਰੂ ਦੇ ਹੁਕਮ ਨੂੰ, ਗੁਰੂ ਦੀ ਆਗਿਆ ਨੂੰ, ਗੁਰੂ ਦੇ ਸਿਧਾਂਤ ਨੂੰ ਅਸੀਂ ਪੜ੍ਹੀ ਵੀ ਗਏ, ਪੂਜੀ ਵੀ ਗਏ, ਸਭ ਕੁਝ ਕੀਤਾ, ਪਰ ਜਿਹੜਾ ਉਹਦੇ ਵਿੱਚ ਲਿਖਿਆ ਸੀ ਹੁਣ ਤਾਂ ਮੰਨੇ ਹੀ ਨਹੀਂ, ਫਿਰ ਸਾਡਾ ਜੀਵਨ ਅਸੀਂ ਕਹਿੰਦੇ। ਹੁਣ ਤੁਸੀਂ ਬਹੁਤਿਆਂ ਦਾ ਸਵਾਲ ਇਹ ਹੁੰਦਾ ਜੀ ਵੀ ਨਿਤਨੇਮ ਕਰਦੇ ਆ ਮਨ ਨਹੀਂ ਟਿਕਦਾ, ਬਿਲਕੁਲ ਨਿਤਨੇਮ ਕਰਦੇ ਆ ਜੀ ਨੀਂਦ ਆਉਂਦੀ ਹੈ, ਉੱਠ ਨਹੀਂ ਹੁੰਦਾ ਜੀ ਸਵੇਰੇ ਅੰਮ੍ਰਿਤ ਵੇਲੇ, ਕਿਉਂਕਿ ਅਸਲ ਦੇ ਵਿੱਚ ਅਸੀਂ ਆਲਸ ਦੇ ਨਾਲ ਬਹੁਤਾ ਜੁੜ ਗਏ। ਆਲਸ ਦੇ ਨਾਲ ਬੰਦਾ ਜੁੜਿਆ ਹੋਇਆ ਮੰਜੇ ਨਾਲ ਜੁੜ ਜਾਂਦਾ, ਮੰਜੇ ਨਾਲ ਜਦੋਂ ਜੁੜ ਜਾਏ ਤਾਂ ਇੱਕ ਦਿਨ ਉਹ ਐਸਾ ਆ ਜਾਂਦਾ ਜੀ ਕਿ ਆ ਸਰੀਰ ਜਿਹੜਾ ਪਰਮਾਤਮਾ ਨੇ ਦਿੱਤਾ ਇਹ ਬਿਲਕੁਲ ਬੇਕਾਰ ਹੋ ਜਾਂਦਾ ਹੈ। ਇਹਦਾ ਕਾਰਨ ਇਹ ਹੈਗਾ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਦੇ ਵੀ ਉਹ ਆਲਸੀ ਨਹੀਂ ਗਏ ਪਰਮਾਤਮਾ। ਉਹਨਾਂ ਨੇ ਜੇ ਸ੍ਰਿਸ਼ਟੀ ਦੀ ਰਚਨਾ ਕਰਨ ਲੱਗੇ ਕਿਸੇ ਤੋਂ ਸਲਾਹ ਨਹੀਂ ਲਈ ਗਈ, ਆਲਸ ਨਹੀਂ ਕੀਤੀ, ਰਚ ਦਿੱਤੀ ਹੈ।
ਸ੍ਰਿਸ਼ਟੀ ਨੂੰ ਖਤਮ ਕਰਨ ਲੱਗਦਾ ਉਹ ਤਾਂ ਵੀ ਆਲਸ ਨਹੀਂ, ਜੇ ਕਰਦਾ ਕੁਝ ਵੀ ਕਰਨ ਲੱਗਦਾ ਉਹ ਆਲਸੀ ਨਹੀਂ। ਪਰ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਨਾ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਬੋਲ ਨੇ ਜੀ, ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਬੋਲ ਨੇ। ਹੁਣ ਜੇ ਉਹਨਾਂ ਪਰਮਾਤਮਾ ਜੀ ਦੇ ਬੋਲਾਂ ਨੂੰ ਆਪਾਂ ਸੁਣਾਂਗੇ ਪੜਾਂਗੇ, ਇਹਦੇ ਵਿੱਚ ਸਾਨੂੰ ਇਹੀ ਪਤਾ ਲੱਗੇਗਾ ਨਾ ਕਿ ਪਰਮਾਤਮਾ ਰੱਬ ਖੁਦ ਆਪ ਨਹੀਂ ਆਲਸ ਕਰਦਾ, ਤੇ ਫਿਰ ਅਸੀਂ ਕਿਉਂ ਆਲਸ ਸੁਣ ਦਈਏ। ਠੀਕ ਹੈ ਜੀ, ਸੁਖਮਣੀ ਸਾਹਿਬ ਦਾ ਪਾਠ ਕਰਦੇ ਪਏ ਆ, ਸ਼ਬਦ ਉਹਦੇ ਵਿੱਚ ਪੜ੍ਹੇ ਜਾਂਦੇ ਨੇ ਕਿ ਸਾਵਧਾਨ ਏਕਾਗਰ ਚੀਤ, ਕਿ ਸਾਡਾ ਉੱਥੇ ਮਨ ਏਕਾਗਰ ਹੈ, ਸਾਡੇ ਵਿੱਚ ਸਾਵਧਾਨਤਾ ਹੈ, ਅਸੀਂ ਪਹਿਲਾਂ ਜਗ੍ਹਾ ਉਹ ਲੱਭਾਂਗੇ ਵੀ ਜਿੱਥੇ ਸਾਡੀ ਢੋ ਲੱਗ ਜਾਏ। ਬਿਲਕੁ�ਲ, ਅਸੀਂ ਉਹ ਜਗ੍ਹਾ ਲੱਭਾਂਗੇ ਵੀ ਜਿੱਥੇ ਸਾਨੂੰ ਸਭ ਤੋਂ ਪਹਿਲਾਂ ਕੋਈ ਗੱਦੀ ਬੈਠਣ ਨੂੰ ਮਿਲ ਜਾਏ, ਸਾਨੂੰ ਕੋਈ ਪੀੜ੍ਹੀ ਮਿਲ ਜਾਏ ਬੈਠਣ ਦੇ ਵਾਸਤੇ, ਕੋਈ ਕੁਰਸੀ ਮਿਲ ਜਾਏ। ਕਿੱਥੇ ਦਾ ਅਸੀਂ ਬਾਣੀ ਦਾ ਸਹਾਰਾ ਲੈ ਕੇ ਇਹ ਅੰਦਰ ਨੂੰ ਅੰਦਰੋਂ ਪੂਰਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੰਦਰੋਂ ਸਟਰੋਂਗ ਹੋਣਾ ਸੀ, ਅੰਦਰੋਂ ਇੰਨੇ ਕੁ ਪਰਪੱਕ ਹੋਣਾ ਸੀ ਵੀ ਜਿੱਥੇ ਵੀ ਬੈਠ ਗਏ ਵੀ ਸਾਡੀ ਇੰਨੀ ਕੁ ਇਕਾਗਰਤਾ ਬਣ ਜਾਏ। ਇਕਾਗਰਤਾ ਬਣੀ ਜੀ ਜਿਨ੍ਹਾਂ ਨੇ ਬਾਣੀ ਦਾ ਸਿਧਾਂਤ ਸਿੱਖਿਆ, ਸਿੰਘ ਸਾਹਿਬ ਭਾਈ ਮਨੀ ਸਿੰਘ ਉਹਨਾਂ ਦੀ, ਬੰਦ ਬੰਦ ਕੱਟਿਆ ਜਾ ਰਿਹਾ, ਸਰੀਰ ਦਾ ਵਾਸਤਾ ਹੀ ਕੋਈ ਨਹੀਂ ਜੀ, ਉਹ ਉੱਥੇ ਵੀ ਸੁਖਮਣੀ ਸਾਹਿਬ ਪੜ੍ਹਦੇ ਪਏ ਆ, ਕਿਉਂਕਿ ਉਹਨਾਂ ਨੇ ਇਕੱਲੇ ਉਹਨਾਂ ਸ਼ਬਦਾਂ ਨੂੰ ਪੜ੍ਹਿਆ ਹੀ ਨਹੀਂ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਵਸਾਇਆ ਕਿ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਮਨ ਜੁੜਿਆ ਜੀ ਭਾਈ ਤਾਰੂ ਸਿੰਘ ਜੀ ਦਾ, 22 ਦਿਨ ਜਪਜੀ ਸਾਹਿਬ ਦੇ ਪਾਠ ਕਰੀ ਗਏ ਨੇ, ਖੋਪਰੀ ਉਤਰੀ ਹੋਈ ਹੈ, ਕਿਸੇ ਗੱਲ ਦੀ ਪਰਵਾਹ ਹੀ ਨਹੀਂ, 25 ਸਾਲ ਦੀ ਉਮਰ ਹੈ, ਔਰ ਇੱਥੇ ਮਨ ਜੁੜ ਗਿਆ ਜੀ। ਭਾਈ ਮਤੀ ਦਾਸ ਦਾ, ਭਾਈ ਸਤੀ ਦਾਸ ਦਾ ਆਰਾ ਵੀ ਚੱਲਦਾ ਪਿਆ, ਜਪਜੀ ਸਾਹਿਬ ਦੀਆਂ ਮੁੱਖ ਤੋਂ ਆਵਾਜ਼ਾਂ ਆਉਂਦੀਆਂ ਪਈਆਂ ਨੇ, ਰੂਹ ਦੇ ਵਿੱਚ ਲਪੇਟ ਕੇ ਅੱਗ ਲਾਈ ਜਾਂਦੀ ਹੈ ਤਾਂ ਵੀ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ, ਪਰ ਕਿਉਂਕਿ ਉਹਨਾਂ ਨੇ ਸਿਧਾਂਤ ਸਮਝਿਆ, ਅੰਦਰੋਂ ਜੁੜ ਗਏ। ਜਿਹੜਾ ਅੰਦਰੋਂ ਜੁੜ ਜਾਏ ਫਿਰ ਉਹਨੂੰ ਸਰੀਰ ਦੀ ਪਰਵਾਹ ਨਹੀਂ ਹੁੰਦੀ, ਕਿਉਂਕਿ ਅਸੀਂ ਸਰੀਰ ਦੀ ਪਰਵਾਹ ਬਹੁਤੀ ਕਰਨ ਲੱਗ ਪਏ, ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਡੇ ਅੱਜ। ਹੁਣ ਕਈ ਵਾਰ ਐਸਾ ਹੁੰਦਾ ਨਾ ਜੀ, ਅਸੀਂ ਗੁਟਕੇ ਸਾਹਿਬ ਚਲੋ ਕਹੀਏ, ਇੱਥੇ ਸਾਡੇ ਸਥਾਨ ਤੇ ਵੀ ਪਾਠ ਕਰਦੀ ਹੈ ਸੰਗਤ, ਮੁਬਾਰਕ ਹੈ, ਪਾਠ ਕਰਨਾ ਚਾਹੀਦਾ, ਮੈਂ ਵਾਰ ਵਾਰ ਇਹ ਬੇਨਤੀ ਕਰਦਾ, ਪਰ ਜਿੱਥੇ ਅਸੀਂ ਪਾਠ ਕਰਦੇ ਹਾਂ ਸਾਨੂੰ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਗੁਰਬਾਣੀ ਦਾ ਸਤਿਕਾਰ ਕਿਵੇਂ ਕਰਨਾ। ਬਿਲਕੁਲ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਸ ਦਿਨ ਭਾਦਰੋਂ ਸੁਦੀ ਏਕਮ ਸੰਨ 1604 ਨੂੰ ਪਹਿਲਾ ਪ੍ਰਕਾਸ਼ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਤਖ਼ਤ ਲਾ ਕੇ ਨਹੀਂ ਸੀ ਬੈਠੇ ਗਏ। ਅੱਜ ਵੀ ਕੋਠਾ ਸਾਹਿਬ ਆਪਾਂ ਦਰਸ਼ਨ ਕਰਦੇ ਨਾ, ਸ੍ਰੀ ਅਕਾਲ ਤਖ਼ਤ ਸਾਹਿਬ ਮਹਾਰਾਜ ਦੀ ਚਾਦਰ ਵਿਛਦੀ ਹੈ ਥੱਲੇ, ਕਿਤੇ ਵੀ ਤੁਸੀਂ ਦਿਖਾ ਦਿਓ ਵੀ ਸਤਿਗੁਰੂ ਪਾਤਸ਼ਾਹ ਮੰਜੀ ਤੇ ਬੈਠੇ ਹੋਣ, ਕਿਤੇ ਵੀ ਸਤਿਗੁਰੂ ਤਖ਼ਤ ਲਾ ਕੇ ਬੈਠੇ ਹੋਣ, ਗੁਰਤਬ ਉੱਚੀ ਜਗ੍ਹਾ ਤੇ ਬੈਠੇ ਹੋਣ ਗੁਰਬਾਣੀ ਤੋਂ ਨਹੀਂ। ਮਹਾਰਾਜ ਨੇ ਸਿਧਾਂਤ ਸਿਖਾਇਆ, ਪਾਤਸ਼ਾਹ ਕਹਿਣ ਲੱਗੇ ਸਿੱਖਾ ਸਭ ਤੋਂ ਵੱਡੀ ਉੱਚੀ ਹੈ ਉਹ ਗੁਰੂ ਕਾ ਸ਼ਬਦ ਹੈ, ਗੁਰਬਾਣੀ ਹੈ, ਉੱਚੇ ਨਾਲ ਜੁੜੇਗਾ ਉੱਚਾ ਬਣ ਜਾਏਗਾ ਜੇ ਅੰਦਰੋਂ। ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖੋ ਫਿਰ ਇੱਕ ਹੋਰ ਬੇਨਤੀ ਮੈਂ ਆਪ ਜੀ ਨੂੰ ਕਰਾਂ, ਜਿੱਥੇ ਆਪਾਂ ਮਹਾਰਾਜ ਦੀ ਬਾਣੀ ਦੇ ਸਤਿਕਾਰ ਦੀ ਗੱਲ ਕਰਦੇ ਪਏ ਆ, ਫਿਰ ਸਾਡੇ ਹੱਥ ਦੇ ਵਿੱਚ ਇੱਕ ਹੱਥ ਚ ਗੁਟਕਾ ਸਾਹਿਬ ਹੁੰਦਾ ਜੀ, ਉਧਰੋਂ ਫੋਨ ਲੱਗਿਆ ਹੁੰਦਾ, ਸਾਡਾ ਸਾਰਾ ਧਿਆਨ ਫੋਨ ਦੇ ਵਿੱਚ ਹੈ, ਕਿਉਂਕਿ ਮੰਨ ਲਓ ਵੀ ਜਪਜੀ ਸਾਹਿਬ ਦਾ ਪਾਠ ਚੱਲਦਾ ਪਿਆ ਨਾ, ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਮੁਖ ਤੇ ਉਂਗਲ ਰੱਖ ਦਿੱਤੀ ਵੀ ਤੂੰ ਚੁੱਪ ਕਰ, ਮੈਨੂੰ ਇਹਦੀ ਸੁਣਨ ਦੇ ਕੀ ਕਹਿੰਦਾ, ਸਾਡਾ ਮਨ ਕਿਵੇਂ ਟਿਕੇਗਾ। ਅਕਸਰ ਦੇਖਿਆ ਜਾਂਦਾ ਵੀ ਗੁਰੂ ਘਰਾਂ ਦੇ ਵਿੱਚ ਮੋਬਾਈਲ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ, ਭਾਵੇਂ ਉਹ ਸੰਗਤ ਵਿੱਚ ਬੈਠੇ, ਭਾਵੇਂ ਅਰਦਾਸ ਹੋ ਰਹੀ ਹੈ ਜਾਂ ਹੁਕਮਨਾਮਾ ਪੜਿਆ ਜਾ ਰਿਹਾ, ਪਰ ਉਹ ਜਿਹੜਾ ਇਨਸਾਨ ਸਾਹਮਣੇ ਬੈਠਾ ਉਹ ਤਵੱਜੋ ਜਿਹੜੀ ਹੈ ਫੋਨ ਨੂੰ ਦਿੰਦਾ ਨਜ਼ਰ ਆਉਂਦਾ। ਅਸਲ ਦੇ ਵਿੱਚ ਦੇਖੋ ਜੀ, ਇਸ ਫੋਨ ਨੇ ਸਾਨੂੰ ਗੁਰਬਾਣੀ ਤੋਂ ਹੀ ਨਹੀਂ, ਸਾਨੂੰ ਹਰ ਇੱਕ ਚੀਜ਼ ਤੋਂ ਦੂਰ ਲੈ ਗਏ।
ਰਿਸ਼ਤਿਆਂ ਦੇ ਵਿੱਚ ਤਰਾਰ ਇਹਦੇ ਕਰਕੇ ਆਈ। ਬਿਲਕੁਲ। ਅੱਜ ਜਿੱਥੇ ਵਿਆਹਾਂ ਦੀ ਗੱਲ ਹੁੰਦੀ ਆ, ਤਲਾਕਾਂ ਤੱਕ ਗੱਲਾਂ ਨੌਬਤਾਂ ਪਹੁੰਚਦੀਆਂ ਨੇ, ਉਹਨਾਂ ਕਰਕੇ ਹੋਇਆ। ਇਹ ਸੌ ਸੌ ਝੂਠ ਬੁਲਾਉਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਜਪਜੀ ਸਾਹਿਬ ਜਿਸ ਦਿਨ ਅਸੀਂ ਪੜ੍ਹਨ ਲੱਗੇ ਉਸ ਦਿਨ ਹੀ ਇਹ ਗੱਲ ਕਹਿ ਦਿੱਤੀ ਸੀ। ਕਹਿਣ ਲੱਗੇ ਭਲਿਆ ਸੱਚ ਦਾ ਧਾਰਨੀ ਬਣ ਕੇ ਚੱਲੀ, ਕਿਉਂਕਿ ਤੇਰਾ ਗੁਰੂ ਆਪ ਆਦ ਸੱਚ ਜੁਗਾਦ ਸੱਚ। ਸਾਡੇ ਕੋਲੇ ਹੁਣ ਅਸੀਂ ਕਿੰਨਾ ਕੁ ਸੱਚ ਬੋਲਦੇ ਆ। ਉਹ ਤਾਂ ਭਾਈ ਲਾਲੋ ਦੇ ਘਰ ਬੈਠੇ ਵੀ ਇਹ ਕਹੀ ਜਾਂਦੇ ਨੇ ਕਿ 58 ਜਾਨ ਸਤਨਵੇ ਹੋਰ ਝੂਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖਿਆ ਸੱਚ ਸੁਣਾਏ ਸੀ। ਸੱਚ ਕੀ ਅਸੀਂ ਉਸ ਸੱਚ ਦੇ ਨਾਲ ਕਦੋਂ ਜੁੜਾਂਗੇ, ਕਿਉਂਕਿ ਸਾਨੂੰ ਇਹਨੇ ਕੂਹਾਂ ਦੂਰੀਆਂ ਬਣਾ ਦਿੱਤੀਆਂ। ਹੁਣ ਮਾਫ ਕਰਨਾ, ਮੈਨੂੰ ਕਹਿਣ ਦੀ ਆਗਿਆ ਦੇਣੀ ਆ, ਅਸੀਂ ਚਲੋ ਫੋਨ ਵਰਤਦੇ ਆ, ਇਸ ਫੋਨ ਨੂੰ ਬਾਥਰੂਮ ਦੇ ਵਿੱਚ ਵੀ ਲੈ ਕੇ ਜਾਂਦੇ ਆ, ਲੈਟਰੀਨ ਦੇ ਵਿੱਚ ਵੀ ਲੋਕ ਲੈ ਕੇ ਚਲੇ, ਇਹਨੂੰ ਕਿੰਨਾ ਕੁ ਮਾਂਜਿਆ ਜਾਂਦਾ ਜੀ। ਬਿਲਕੁਲ। ਸਾਡੇ ਕਿੱਥੇ ਕਿਉਂਕਿ ਗੁਰਬਾਣੀ ਦਾ ਸਤਿਕਾਰ ਇਹਨੂੰ ਜੂਠੇ ਹੱਥ ਵੀ ਲੱਗਦੇ ਆ, ਬੱਚੇ ਵੀ ਇਹਨੂੰ ਖੇਡਦੇ ਆ, ਕਈ ਜਗ੍ਹਾ ਤੇ ਡਿੱਗਦਾ ਵੀ ਆ, ਅਸੀਂ ਕਿੰਨੀਆਂ ਜਗ੍ਹਾ ਤੇ ਬਹਿੰਦੇ ਉੱਠਦੇ ਆ। ਠੀਕ ਹੈ, ਤੁਹਾਡੇ ਕੋਲੇ ਇਹ ਅਸਲ ਦੇ ਵਿੱਚ ਫੋਨ ਤੋਂ ਪਾਠ ਮੈਂ ਬੇਨਤੀ ਕਰਾਂ ਵੀ ਇਹ ਉਦੋਂ ਕਰਨਾ ਚਾਹੀਦਾ, ਚਲੋ ਵੀ ਤੁਸੀਂ ਕਿਸੇ ਮੰਨ ਲਓ ਵੀ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਪਏ ਹੋ, ਤੁਹਾਡੇ ਬਾਣੀ ਕੰਠ ਨਹੀਂ, ਨਿਤਨੇਮ ਵੀ ਜ਼ਰੂਰੀ ਆ ਕਰਨਾ, ਬਾਣੀ ਪੜ੍ਹਨੀ ਆ, ਉੱਥੇ ਤੁਸੀਂ ਹੱਥ ਪੈਰ ਧੋ ਕੇ ਵਧੀਆ ਸਾਫ਼ ਸੁਥਰੇ ਉੱਥੇ ਬੈਠ ਕੇ ਉੱਥੇ ਪਾਠ ਕਰੋ, ਕਿਉਂਕਿ ਉੱਥੇ ਆਪਣੇ ਕੋਲ ਗੁਟਕਾ ਸਾਹਿਬ ਦੀ ਸੁਵਿਧਾ ਨੇ, ਸਾਧਨ ਨੇ। ਫਿਰ ਇਹਨਾਂ ਫੋਨਾਂ ਨੂੰ ਉਸ ਜਗ੍ਹਾ ਤੇ ਚਲੋ ਵੀ ਵਰਤ ਲਓ ਗੁਰਬਾਣੀ ਸੁਣਨ ਵਾਸਤੇ, ਗੁਰਬਾਣੀ ਪੜ੍ਹਨ ਦੇ ਵਾਸਤੇ, ਪਰ ਇਹਨਾਂ ਦੇ ਉੱਤੇ ਤਾਂ ਬੜਾ ਕੁਝ ਹੋਰ ਦੇਖਿਆ ਜਾ ਰਿਹਾ। ਅਸੀਂ ਮਨ ਟਿਕਣ ਦੇ ਵਾਸਤੇ ਕਰਨਾ ਸੀਗਾ ਸਭ ਕੁਝ, ਗੁਰਬਾਣੀ ਪੜ੍ਹ ਰਹੇ ਸਾਂ ਸਭ ਕੁਝ, ਪਰ ਇਹਨਾਂ ਫੋਨਾਂ ਦੇ ਵਿੱਚ ਇੰਨਾ ਕੁਝ। ਹੁਣ ਮੰਨ ਲਓ ਵੀ ਉੱਥੇ ਸਾਡੇ ਪਾਠ ਕਰਦਿਆਂ ਕਈ ਵਾਰੀ ਕਈਆਂ ਤੇ ਨੈੱਟ ਖੁੱਲ੍ਹੇ, ਮੈਂ ਆਪ ਖੁਦ ਦੇਖੇ ਨੇ ਨਾ, ਨੈੱਟ ਦੇਖਦਿਆਂ ਉਹਨਾਂ ਦੇ ਉੱਤੇ ਕੁਝ ਵੀ ਵਟਸਐਪ ਤੇ ਕੁਝ ਆ ਗਿਆ, ਫੇਸਬੁੱਕ ਤੇ ਕੁਝ ਆ ਗਿਆ, ਸਾਡਾ ਮਨ ਕਿੱਧਰ ਚਲਾ ਗਿਆ? ਗੁਰੂ ਘਰ ਆ ਕੇ ਵੀ ਅਸੀਂ ਫੋਨ ਨੂੰ ਜਿਹੜਾ ਨਹੀਂ ਛੱਡਦੇ। ਅਸਲ ਦੇ ਵਿੱਚ ਇਹ ਦੇਖੋ ਜੀ, ਮਨ ਦੀ ਇਹ ਵਸਾਈ ਹੋਈ ਦੁਨੀਆ, ਇਹ ਉਹ ਅੰਦਰ ਰਹਿ ਕੇ ਖੁਸ਼ ਨੀ, ਉਹ ਬਾਹਰ ਜਾ ਕੇ ਖੁਸ਼ ਹੈ। ਉਹ ਤਾਂ ਧੱਕੇ ਮਾਰਦਾ ਵੀ ਇਹ ਕਦੋਂ ਉੱਠ ਕੇ ਇਹ ਗੁਟਕਾ ਸਾਹਿਬ ਰੱਖੇ, ਆਪਣਾ ਪਾਠ ਬੰਦ ਕਰੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਰ ਕਰੇ, ਕਿਉਂਕਿ ਮਨ ਇਹ ਚੀਜ਼ਾਂ ਚਾਹੁੰਦਾ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਾ ਸੁਰ ਧਾਰੋ, ਅਟਲ ਭਇਓ ਧਰੂਨ ਜਾ ਕਰ ਸਿਮਰਨ ਨਿਰਭੈ ਪਦ ਪਾਇਆ। ਮਹਾਰਾਜ ਨੇ ਤਾਂ ਮਨ ਨੂੰ ਵਾਰ ਵਾਰ ਸੰਬੋਧਨ ਕੀਤਾ ਵੀ ਮਨ ਨੂੰ ਵਾਰ ਵਾਰ ਬਾਣੀ ਵੱਲ ਮੋੜ, ਇਹ ਬਾਣੀ ਵੱਲ ਤੁਸੀਂ ਬਾਣੀ ਪੜ੍ਹਦੇ ਹੋ ਨਾ, ਜੇ ਵਾਰ ਵਾਰ ਇਹ ਤੰਗ ਕਰਦਾ, ਸੇਵਾ ਦੇ ਵਿੱਚ ਲੱਗ ਜਾਓ, ਜੋੜਿਆਂ ਦੀ ਸੇਵਾ ਕਰੋ, ਬਰਤਨਾਂ ਦੀ, ਲੰਗਰ ਵਰਤਾਉਣ ਦੀ, ਇਹਨੂੰ ਮਨ ਨੂੰ ਇੰਨਾ ਕੁ ਬਿਜੀ ਕਰ ਦਿਓ ਕਿ ਇਹਨੂੰ ਹੋਰ ਪਾਸੇ ਦੀ ਵਿਹਲ ਹੀ ਨਾ ਰਹੇ, ਆਪਣੇ ਆਪ ਇੱਕ ਨਾ ਇੱਕ ਦਿਨ ਦੇਖੋ ਜੀ, ਤੁਸੀਂ ਪਾਠ ਕਰਨ ਵੀ ਲੱਗਦੇ ਹੋ, ਸਿਮਰਨ ਕਰਨ ਲੱਗਦੇ ਹੋ ਨਾ, ਤਕਰੀਬਨ ਮਹੀਨਾ 6 ਮਹੀਨੇ ਤਾਂ ਮਨ ਨੀ ਬਹੁਤ ਦੌੜਦਾ, ਇਹ ਪੱਥਰ ਚੱਟਣ ਵਾਲੀ ਗੱਲ ਹੋ ਜਾਂਦੀ ਹੈ ਜੀ, ਜਿਵੇਂ ਆਪਾਂ ਕਹਿੰਦੇ ਨੇ ਵੀ ਕੁਝ ਸਵਾਦ ਨਹੀਂ ਹੈ, ਪਰ ਜਦੋਂ ਫਿਰ ਜੁੜ ਜਾਏ ਨਾ, ਇਹਨੂੰ ਲਾਲਚ ਦੇਣਾ ਪੈਂਦਾ ਜੀ, ਲਾਲਚ ਦਿਓਗੇ। ਬਾਬਾ ਫਰੀਦ ਸਾਹਿਬ ਨੂੰ ਮਾਤਾ ਮਰੀਅਮ ਨੇ ਜੋੜਨ ਦੇ ਲਈ ਸ਼ੱਕਰ ਦਾ ਸਹਿਜ ਦਾ ਉਹਨਾਂ ਨੇ ਉਹ ਸਾਰਾ ਕੁਝ ਦੱਸਿਆ ਨਾ, ਸਲੋਕ ਦੇ ਵਿੱਚ ਵੀ ਕਿਹਾ ਕਿ ਫਰੀਦਾ ਸ਼ੱਕਰ ਅਖੰਡ ਨਿਵਾਤ ਗੁੜ ਮਾਖੋ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਲ ਪੂਜਣ ਤੋਂ। ਉਹ ਇੱਕ ਸਿਰਫ ਸਿਧਾਂਤ ਸੀ ਜੀ ਜੋੜਨ ਦੇ ਨਾਲ, ਅਸੀਂ ਮਾਲਾ ਤੋਂ ਵੀ ਹੁਣ ਜਪਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ, ਸਿਮਰਨ ਕਰਦੇ ਆ,
ਮਾਲਾ ਸਿਰਫ ਸਾਡਾ ਉਦੋਂ ਤੱਕ ਸਾਧਨ ਹੈ ਜਦ ਤੱਕ ਅੰਦਰ ਨਹੀਂ ਚੱਲਣ ਲੱਗ ਪੈਂਦਾ। ਇਹ ਸਾਧਨ ਹੈ ਜੀ ਇੱਕ ਜਪਣ ਦਾ। ਫਿਰ ਜਦੋਂ ਅੰਦਰ ਚੱਲਣ ਲੱਗ ਪਿਆ ਫਿਰ ਕਬੀਰ ਸਾਹਿਬ ਕਹਿੰਦੇ ਕਬੀਰ ਮੇਰੀ ਸਿਮਰਣੀ ਰਸਨਾ ਉਪਰਾ। ਇੱਕ ਸਾਧਨ ਬਣਿਆ ਹੋਇਆ ਕਿਉਂਕਿ ਇਹ ਸਿੱਖੀ ਦੇ ਸਿਧਾਂਤਾਂ ਦੀ ਆਪਾਂ ਗੱਲ ਕਰਦੇ ਪਏ ਆ। ਸਿੱਖੀ ਦਾ ਸਿਧਾਂਤ ਅਸਲ ਦੇ ਵਿੱਚ ਸਾਡਾ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਹੈ ਉਹ ਜੇ ਘਰ ਦੇ ਵਿੱਚੋਂ ਹੋਏਗੀ ਤਾਂ ਗੱਲਾਂ ਬਹੁਤ ਦੂਰ ਤੱਕ ਇਹ ਪਰਪੱਕ ਹੋ ਜਾਣਗੀਆਂ। ਇੱਕ ਉਰਦੂ ਦੇ ਸ਼ਾਇਰ ਨੇ ਬਹੁਤ ਸੁੰਦਰ ਗੱਲ ਕਹੀ ਆ, ਉਹ ਕਹਿੰਦਾ ਨਾ ਇਨਸਾਨ ਨੂੰ ਤਿਫਲ ਸੇ ਬੂ ਆਏ ਕਿਆ ਮਾਂ ਬਾਪ ਕੇ ਕਿਰਦਾਰ ਕੀ, ਦੂਧ ਤੋਂ ਥਾ ਡਿੱਬੇ ਕਾ ਤਾਲੀਮ ਹੈ ਸਰਕਾਰ ਕੀ। ਤਿਫਲ ਕਹਿੰਦੇ ਨੇ ਜ਼ਿੰਦਗੀ ਨੂੰ, ਕਹਿੰਦੇ ਬੱਚੇ ਦੀ ਜ਼ਿੰਦਗੀ ਦੇ ਵਿੱਚੋਂ ਮਾਂ ਬਾਪ ਦੇ ਕਿਰਦਾਰ ਦੀ ਸਿੱਖਿਆ ਦੀ ਖੁਸ਼ਬੂ ਕਿੱਥੋਂ ਭਾਲਦੇ ਹੋ? ਕਿਉਂ ਨੀ ਜੀ? ਕਿਉਂਕਿ ਇਹਨੇ ਸਿੱਖਿਆ ਫੋਨ ਤੋਂ ਲਈ। ਅਸੀਂ ਅੱਜ ਬਿਲਕੁਲ ਬੱਚੇ ਕਈ ਐਸੇ ਨੇ, ਮਾਫ਼ ਕਰਨਾ ਜੀ, ਉਹਨਾਂ ਨੇ ਉਹ ਕੰਮਾਂ ਕਾਰਾਂ ਦੇ ਵਿੱਚ ਲੋਕ ਇੰਨੇ ਕੁ ਬਿਜ਼ੀ ਹੋ ਗਏ ਨਾ, ਉਹਨਾਂ ਨੇ ਸਗੋਂ ਖਿਡਾਵੇ ਰੱਖੇ ਹੋਏ ਆ ਬੱਚਿਆਂ ਨੂੰ ਖਿਡਾਉਣ ਦੇ ਵਾਸਤੇ ਵੀ ਤੁਸੀਂ ਪਾਲੋ। ਅੱਛਾ ਬਾਬਾ, ਇੱਕ ਗਾਣਾ ਆਇਆ ਸੀਗਾ ਉਹਦੇ ਵਿੱਚ ਜ਼ਿਕਰ ਹੋਇਆ ਵੀ ਇੰਗਲੈਂਡ ਜਿੱਤ ਲੈਂਦੇ ਬਾਬਾ ਹਨੂੰਮਾਨ ਸਿੰਘ। ਹਨੂੰਮਾਨ ਸਿੰਘ ਦੇ ਇਸ ਗਾਣੇ ਦੇ ਵਿੱਚ ਜ਼ਿਕਰ ਹੋਣ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਹੈ, ਇਹ ਕੌਣ ਸਨ ਬਾਬਾ ਹਨੂੰਮਾਨ ਸਿੰਘ? ਇਹਨਾਂ ਬਾਰੇ ਵੀ ਜ਼ਰੂਰ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹਾਂਗੇ। ਅਸਲ ਦੇ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਸੀ। ਇਹਨਾਂ ਦਾ ਜਿਹੜਾ ਜਨਮ ਆ, ਪ੍ਰਕਾਸ਼ ਕਹਿ ਦੇਈਏ, ਜਨਮ ਕਹਿ ਦੇਈਏ, ਕਿਉਂਕਿ ਸੰਸਾਰ ਦੇ ਉੱਤੇ ਧਰਤੀ ਦੇ ਉੱਤੇ ਬੜੀਆਂ ਐਸੀਆਂ ਨਾਮ ਜਪਣ ਵਾਲੀਆਂ ਰੂਹਾਂ ਆਈਆਂ, ਪਰਮਾਤਮਾ ਪਰਮੇਸ਼ਰ ਵਾਹਿਗੁਰੂ ਸਮੇਂ ਅਨੁਸਾਰ ਭੇਜਦੇ ਵੀ ਰਹੇ, ਜਿਨ੍ਹਾਂ ਦੀ ਸੰਸਾਰ ਤੇ ਲੋੜ ਹੈ, ਜਿਨ੍ਹਾਂ ਨੇ ਕੌਮ ਨੂੰ ਸੰਸਾਰ ਨੂੰ ਸੇਧ ਦੇਣੀ ਹੈ, ਜਿਨ੍ਹਾਂ ਦੀ ਸਿੱਖਿਆ ਲੈ ਕੇ ਲੋਕ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਦੇ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਨੁਰੰਗ ਸਿੰਘ ਵਾਲਾ ਨਗਰ ਆ। ਇਸ ਨਗਰ ਦੇ ਵਿੱਚ ਬਾਠਾਂ ਦੇ ਪਰਿਵਾਰ ਰਹਿੰਦੇ ਨੇ। ਇਹਨਾਂ ਬਾਠਾਂ ਦੇ ਪਰਿਵਾਰਾਂ ਦੇ ਵਿੱਚੋਂ ਸਨਮਾਨਯੋਗ ਬਾਪੂ ਗਰਜਾ ਸਿੰਘ ਜੀ, ਸਨਮਾਨਯੋਗ ਮਾਤਾ ਹਰਨਾਮ ਕੌਰ ਜੀ, ਇਹਨਾਂ ਦੇ ਗ੍ਰਹਿ ਵੇਖੇ 18 ਮਗਰ 1755 ਦੇ ਅੰਦਰ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਪ੍ਰਕਾਸ਼ ਹੁੰਦਾ। ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ, ਜਦੋਂ ਸਿੰਘ ਸਾਹਿਬ ਬਾਬਾ ਹਨੂੰਮਾਨ ਸਿੰਘ ਜੀ ਦੀ ਉਮਰ 2 ਸਾਲਾਂ ਦੀ ਹੋਈ ਹੈ ਨਾ, ਉਹਨਾਂ ਸਮਿਆਂ ਦੇ ਵਿੱਚ 1757 ਨੂੰ ਕੌਮ ਦੇ ਮਹਾਨ ਜਰਨੈਲ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਅਨੰਦ ਸੇਵਕ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਕਿਉਂਕਿ 57 ਵਿੱਚ ਉਹਨਾਂ ਦੀ ਸ਼ਹਾਦਤ ਹੋਈ, 55 ਦੇ ਵਿੱਚ ਬਾਬਾ ਜੀ ਦਾ ਜਨਮ ਹੈ। ਸ਼ਹੀਦੀਆਂ ਦਾ ਦੌਰ ਚੱਲਦਾ ਸੀ, ਪਰਿਵਾਰ ਸ਼ੁਰੂ ਤੋਂ ਹੀ ਸਿੱਖੀ ਦੇ ਨਾਲ ਸਿਧਾਂਤਾਂ ਦੇ ਨਾਲ ਜੁੜੇ ਹੋਏ ਸਨ। ਕਈ ਵਿਦਵਾਨਾਂ ਨੇ ਤਾਂ ਇੱਥੋਂ ਤੱਕ ਕਈ ਮਹਾਂਪੁਰਖਾਂ ਦੇ ਬਚਨ ਸੁਣੇ ਨੇ, ਉਹਨਾਂ ਨੇ ਇਹ ਵੀ ਬਚਨ ਕਹੇ ਕਿ ਸਨਮਾਨਯੋਗ ਪਿਤਾ ਸਰਦਾਰ ਬਾਪੂ ਗਰਜਾ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਜੀ ਦੇ ਵੀ ਦਰਸ਼ਨ ਕੀਤੇ ਨੇ, ਕਿਉਂਕਿ ਮਹਾਰਾਜ ਸਨ 1708 ਦੇ ਅੰਦਰ ਜੋਤੀ ਜੋਤ ਸਮਾਉਂਦੇ ਹੈ, ਸਨ ਉਹੀ 1700 ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਜ਼ਿਕਰ ਉਹਨਾਂ ਦੇ ਲਈ ਕੀਤਾ ਗਿਆ ਵੀ ਉਹਨਾਂ ਨੂੰ ਵੀ ਮਿਲੇ, ਉਹਨਾਂ ਨਾਲ ਵੀ ਮਿਲਾਪ ਹੋਇਆ। ਤੇ ਤੁਸੀਂ ਆਪ ਦੇਖੋ ਜੀ ਵੀ ਐਡੇ ਐਡੇ ਕੌਮ ਦੇ ਮਹਾਨ ਜਰਨੈਲਾਂ ਨਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋ ਜਾਣੇ ਤੇ ਫਿਰ ਘਰ ਦੇ ਵਿੱਚ ਜਿਹੜਾ ਬੂਟਾ ਲੱਗਿਆ ਹੋਏਗਾ ਉਹ ਕਿੰਨਾ ਕੁ ਪ੍ਰਬਲ ਹੋਏਗਾ। ਸਮਾਂ ਆਪਣੀ ਚਾਲ ਚੱਲਦਾ ਗਿਆ। ਪਹਿਲੇ ਸਮਿਆਂ ਦੇ ਵਿੱਚ ਐਸਾ ਹੁੰਦਾ ਸੀ, ਆਪਾਂ ਚਲੋ ਪਹਿਲਾਂ ਵੀ ਗੱਲ ਕਰਕੇ ਹਟਿਆ, ਅੱਜ ਤਾਂ ਥੋੜਾ ਸਮਾਂ ਐਸਾ ਹੋਰ ਹੋ ਗਿਆ ਜੀ, ਜਾਂ ਕਈ ਵਾਰ ਕੋਈ ਬੱਚਾ
ਮਾਤਾ ਪਿਤਾ ਘਰੇ ਰੁੱਸ ਜਾਏ ਨਾ, ਉਹ ਇਹ ਕਹਿੰਦਾ ਹੈਗਾ ਵੀ ਮੈਂ ਫਲਾਨੀ ਜਗ੍ਹਾ ਤੇ ਚੱਲਿਆ ਜਾਵਾਂਗਾ ਜਾਂ ਕੋਈ ਬਾਹਰ ਦੀਆਂ ਗੱਲਾਂ ਕਰਦਾ ਕੈਨੇਡਾ ਅਮਰੀਕਾ ਨੂੰ। ਇੱਕ ਵਕਤ ਉਹ ਸੀਗਾ, ਕਈ ਬੱਚੇ ਹੁਣ ਮੰਨ ਲਓ ਵੀ ਅੱਜ ਤੋਂ ਤੁਸੀਂ ਆਪਾਂ ਕੋਈ 30 ਸਾਲ ਪਿੱਛੇ ਦੇਖ ਲਈਏ, 20-25 ਸਾਲਾਂ ਦੀ ਗੱਲ ਕਰ ਲਈਏ, ਘਰ ਦੇ ਵਿੱਚ ਜੇ ਕਈ ਵਾਰ ਸਾਡੇ ਮਾਲਵੇ ਦੇ ਵਿੱਚ ਜਦੋਂ ਕੋਈ ਬੱਚਾ ਰੁੱਸ ਜਾਣਾ ਨਾ, ਹੁਣ ਇਹ ਕਹਿਣਾ ਵੀ ਮੈਂ ਗੁਰਦੁਆਰੇ ਚੱਲਿਆ ਜਾਵਾਂ, ਹੁਣ ਗੁਰਦੁਆਰਾ ਸ਼ਬਦ ਨਹੀਂ ਜੀ ਵਰਤਦੇ। ਬੇਨਤੀ ਕਰ ਰਿਹਾ ਸਰ ਵੀ ਉਦੋਂ ਸਿੰਘ ਸਾਹਿਬ ਬਾਬਾ ਹਨੂੰਮਾਨ ਸਿੰਘ ਜੀ ਨੂੰ ਪਿਤਾ ਬਾਪੂ ਗਰਜਾ ਸਿੰਘ ਜੀ ਨੇ ਨਾ ਅਕਾਲ ਤਖਤ ਸਾਹਿਬ ਦੇ ਤੇ ਬੁੱਢਾ ਦਲ ਦੇ ਪੰਜਵੇਂ ਜਥੇਦਾਰ, ਮਾਫ ਕਰਨਾ ਜੀ, ਹਾਂ ਪੰਜਵੇਂ ਜਥੇਦਾਰ ਸਨ ਬਾਬਾ ਨੈਣਾ ਸਿੰਘ ਜੀ, ਬਾਬਾ ਨੈਣਾ ਸਿੰਘ, ਬਾਬਾ ਤਪਾ ਸਿੰਘ ਤੇ ਬਾਬਾ ਈਸ਼ਰ ਸਿੰਘ ਜੀ। ਇਹ ਤਿੰਨਾਂ ਨੇ ਵਿਦਿਆ ਪੜ੍ਹੀ ਸੀਗੀ ਬਾਬਾ ਦੀਪ ਸਿੰਘ ਜੀ ਦੇ ਪਾਸੋਂ। ਬਾਬਾ ਨੈਣਾ ਸਿੰਘ ਜੀ ਫਿਰ ਇਹ ਜਥੇ ਦੇ ਵਿੱਚ ਆ ਗਏ ਜੀ, ਜਥੇ ਦੇ ਵਿੱਚ ਆਏ ਸੀਗੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਿਨ੍ਹਾਂ ਨੂੰ ਸੁਲਤਾਨ ਉਲ ਕੌਮ ਦਾ ਖਿਤਾਬ ਦਿੱਤਾ ਗਿਆ ਤੇ ਸਾਹਿਬ ਸਤਿਗੁਰੂ ਦੀ ਕਿਰਪਾ ਦੇ ਨਾਲ ਫਿਰ ਉੱਥੇ ਸੇਵਾ ਨਿਭਾਉਂਦੇ ਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ। ਤੋਂ ਬਾਅਦ ਤਖ਼ਤ ਦੀ ਜਿੰਨੀ ਸੇਵਾ ਸੰਭਾਲ ਜਥੇਦਾਰੀ ਉਹਨਾਂ ਕੋਲ ਆ ਗਈ, ਫਿਰ ਅਕਾਲ ਤਖ਼ਤ ਸਾਹਿਬ ਤੇ ਬਾਬਾ ਹਨੂੰਮਾਨ ਸਿੰਘ ਜੀ ਨੂੰ ਪਿਤਾ ਬਾਪੂ ਗਰਜਾ ਸਿੰਘ ਜੀ ਉੱਥੇ ਛੱਡ ਆਏ। ਛੋਟੀ ਉਮਰ ਦੇ ਵਿੱਚ ਜਦੋਂ ਫਿਰ ਜਥੇ ਦੇ ਵਿੱਚ ਆ ਗਏ ਜੀ, ਮਹਾਰਾਜ ਦੀ ਕਿਰਪਾ ਨਾਲ ਗੁਰਬਾਣੀ ਦੀ ਸੰਥਿਆ, ਦਸਮ ਦੀ ਸੰਥਿਆ, ਸ਼ਾਸਤਰ ਵਿਦਿਆ, ਘੋੜ ਸਵਾਰੀ, ਸੇਵਾ ਦੇ ਵਿੱਚ ਬੜੇ ਨਿਪੁੰਨ। ਸੌਣ ਦਾ ਤਾਂ ਪਤਾ ਹੀ ਨਹੀਂ ਸੀਗਾ ਵੀ ਸੁੱਤਾ ਕਿਵੇਂ ਜਾਂਦਾ, ਹਰ ਸਮੇਂ ਸੇਵਾ ਦੇ ਵਿੱਚ ਤਤਪਰ ਰਹਿੰਦੇ ਹੈ। ਅੱਜ ਵਕਤ ਐਸਾ ਆਇਆ ਅਕਾਲੀ ਬਾਬਾ ਫੂਲਾ ਸਿੰਘ ਜੀ ਛੇਵੇਂ ਜਥੇਦਾਰ ਬਣਦੇ ਹੈ, ਉਹਨਾਂ ਦੀਆਂ ਫੌਜਾਂ ਦੇ ਚੀਫ ਕਮਾਂਡਰ ਬਣੇ ਨੇ, ਫੌਜਾਂ ਦੀ ਅਗਵਾਈ ਇਹਨਾਂ ਦੇ ਕੋਲ ਹੈ। ਬਾਬਾ ਹਨੂੰਮਾਨ ਸਿੰਘ ਜੀ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ। ਬਾਬਾ ਹਨੂੰਮਾਨ ਸਿੰਘ ਜੀ ਉਹ ਜਦੋਂ ਨਸ਼ਹਿਰੇ ਦੀ ਜੰਗ ਹੁੰਦੀ ਆ ਨਾ, ਲੁੰਡੇ ਦਰਿਆ ਦੇ ਕੰਢੇ ਦੇ ਉੱਤੇ ਜਦੋਂ ਪੀਰਪੁਰ ਪਿੰਡ ਦੇ ਵਿੱਚ ਜੰਗ ਹੋਈ, ਜਿਸ ਜੰਗ ਦੇ ਦਰਮਿਆਨ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਹੋਏ ਨੇ, ਉਹਨਾਂ ਦੀ ਸ਼ਹੀਦੀ ਤੋਂ ਬਾਅਦ ਸਾਰਾ ਜਿੰਨਾ ਪੰਥ ਸੀ ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਤਰ ਹੋਈ ਹੈ, ਸਾਰੀ ਕੌਮ ਇਕੱਠੀ ਹੋਈ, ਆਪਸੀ ਗੱਲਾਂ ਚੱਲ ਪਈਆਂ, ਸਾਰੇ ਕਹਿੰਦੇ ਵੀ ਦੱਸੋ ਵੀ ਹੁਣ ਅਕਾਲ ਤਖ਼ਤ ਸਾਹਿਬ ਦਾ ਸਿੰਘ ਸਾਹਿਬ ਕਿਹਨੂੰ ਥਾਪਣਾ ਚਾਹੀਦਾ ਹੈ, ਬੁੱਢੇ ਦਲ ਦੀ ਜਥੇਦਾਰੀ ਕਿਹਨੂੰ ਦੇਣੀ ਚਾਹੀਦੀ ਹੈ। ਉਸ ਵਕਤ ਸਾਰਿਆਂ ਦੀ ਇੱਕੋ ਹੀ ਰਾਏ ਸੀ, ਕਹਿਣ ਲੱਗੇ ਵੀ ਇੰਝ ਕਰੀਏ ਵੀ ਆਪਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਸਥਾਨ ਤੇ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਖੜੇ ਆ, ਇਸ ਤਖ਼ਤ ਦੀ ਜੇ ਕੋਈ ਜਥੇਦਾਰੀ ਜੇ ਕੌਮ ਦੀ ਕੋਈ ਕਮਾਂਡ ਸੰਭਾਲ ਸਕਦਾ ਉਹ ਇਸ ਟਾਈਮ ਸਿੰਘ ਸਾਹਿਬ ਬਾਬਾ ਹਨੂੰਮਾਨ ਸਿੰਘ ਜੀ, ਵੀ ਆਪਾਂ ਇਹਨਾਂ ਨੂੰ ਸਿੰਘ ਸਾਹਿਬ ਬਣਾਈਏ। ਸਾਰੀ ਕੌਮ ਵੀ ਉਹਨਾਂ ਲਈ ਸਹਿਮਤ ਸੀ ਜੀ। ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਨੂੰ 68 ਸਾਲ ਦੀ ਉਮਰ ਦੇ ਵਿੱਚ ਫਿਰ ਕੌਮ ਦੇ ਜਥੇਦਾਰ ਬਣੇ ਨੇ ਜੀ, ਤੇ ਮਹਾਰਾਜ ਦੀ ਕਿਰਪਾ ਨਾਲ ਦੇਖੋ ਸੀਸ ਦੇ ਉੱਤੇ ਬੁੰਗਾ ਸਜਾਉਂਦੇ ਆ, ਦਮਾਲਾ ਫਰਲਾ ਸੱਜਦਾ ਤੇ ਅੱਜ ਤਾਂ ਚਲੋ ਹੁਣ ਸਾਰਾ ਮੈਂ ਜਿੰਨਾ ਕੁ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਜਿੰਨਾ ਕੁ ਮੈਨੂੰ ਮਿਲਿਆ, ਜਦੋਂ ਸਿੰਘ ਬਾਬਾ ਜੀ ਨੂੰ ਕਦੇ ਵੀ ਨੀਂਦ ਆਉਣੀ ਨਾ ਜੇ ਆਰਾਮ ਕਰਨਾ, ਕਦੇ ਧਰਤੀ ਤੇ ਕੱਪੜਾ ਵਿਛਾ ਕੇ ਨਹੀਂ ਸੀ ਜੇ ਸੁੱਤੇ, ਫਰਲਾ ਸੀ ਨਿਸ਼ਾਨ ਸਾਹਿਬ। ਹੁਣ ਗੁਰੂ ਕਾ ਨਿਸ਼ਾਨ ਆਪਾਂ ਨੀਵਾਂ ਕਿਵੇਂ ਕਰ ਦੇਵਾਂਗੇ, ਇਹ ਨਿਸ਼ਾਨ ਸਾਹਿਬ ਹੈ ਉਹਨਾਂ ਦਾ, ਜਿੱਥੇ ਉਹਨਾਂ ਨੂੰ ਢੋ ਲਾਉਣ ਵਾਸਤੇ ਜਗ੍ਹਾ ਮਿਲ ਜਾਣੀ, ਬਸ ਉੱਥੇ ਬੈਠ ਕੇ ਕੁਝ ਸਮਾਂ ਆਨੰਦ ਦੇ ਵਿੱਚ ਕੁਝ ਸਮਾਂ ਆਰਾਮ ਕਰ ਲੈਣਾ, ਕਦੇ ਧਰਤੀ ਤੇ ਨਹੀਂ ਸੀ ਜਲੇਟੇ, ਤਿਆਰ ਬਰ ਤਿਆਰ ਹਰ ਸਮੇਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਚਿਹਰਾ ਇੰਜ ਸੀ ਜੀ ਦਗਦਾ ਕਰਦਾ ਚਿਹਰਾ ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਹੁੰਦੀ, ਸ਼ਾਸਤਰਾਂ ਦੇ ਨਾਲ ਹਰ ਸਮੇਂ ਲੈਸ ਰਹਿੰਦੇ ਨੇ। ਸਤਿਗੁਰੂ ਦੀ ਕਿਰਪਾ ਦੇ ਨਾਲ ਸਮਾਂ ਆਪਣੀ ਚਾਲ ਚੱਲਿਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅੱਜ ਇੱਕ 1837 ਦੇ ਵਿੱਚ ਮੀਟਿੰਗ ਸੱਦ ਲਈ, ਇਸ ਮੀਟਿੰਗ ਦੇ ਦਰਮਿਆਨ
ਉਸ ਤੋਂ ਪਹਿਲਾਂ ਵੀ ਬੜਾ ਜਦੋਂ ਈਸਟ ਇੰਡੀਆ ਕੰਪਨੀ ਇੱਥੇ ਆਈ ਹੈ ਇੰਡੀਆ ਦੇ ਅੰਦਰ ਲੈ ਕੇ ਆਏ ਸਨ, ਉਦੋਂ ਜਦੋਂ ਅੰਗਰੇਜ਼ਾਂ ਨਾਲ ਸੰਧੀ ਹੋਈ ਤੇ ਇੱਥੇ ਅਟਾਰੀ ਵਾਲਾ ਸਰਦਾਰ ਸਰਦਾਰ ਸ਼ਾਮ ਸਿੰਘ ਜੀ ਗੁੱਸੇ ਹੋ ਗਏ ਸਨ ਮਹਾਰਾਜਾ ਰਣਜੀਤ ਸਿੰਘ ਨਾਲ, ਪਰ ਫਿਰ ਵੀ ਚਲੋ ਇੰਜ ਸੀ ਵੀ ਮਹਾਂ ਸਿੱਖਾਂ ਦਾ ਬਾਦਸ਼ਾਹ ਜੀ ਨਾਲ ਰਹੇ। ਸਮਾਂ ਆਇਆ 1837 ਦੀ ਮੀਟਿੰਗ ਦੇ ਵਿੱਚ ਵੀ ਸਾਰੇ ਸੱਦੇ ਗਏ ਹੈ। ਉਦੋਂ ਗੱਲ ਇੱਥੇ ਇੱਕੋ ਚੱਲੀ, ਸ਼ੇਰੇ ਪੰਜਾਬ ਲਾਹੌਰ ਜਦੋਂ ਦਰਬਾਰ ਦੇ ਵਿੱਚ ਮੀਟਿੰਗ ਹੋਈ, ਸਿੰਘ ਸਾਹਿਬ ਬਾਬਾ ਨੁਮਾਨ ਸਿੰਘ ਜੀ ਵੀ ਚਲੇ ਗਏ, ਗੱਲਬਾਤ ਜਦੋਂ ਚੱਲਦੀ ਰਹੀ, ਗੱਲਾਂ ਹੋਰ ਤਰ੍ਹਾਂ ਤਰ੍ਹਾਂ ਦੀਆਂ ਵੀ ਰਾਜ ਨੂੰ ਕਿਵੇਂ ਅੱਗੇ ਲਿਜਾਇਆ ਜਾ ਸਕਦਾ, ਹੋਰ ਇਹਦਾ ਫੈਲਾਅ ਕਿਵੇਂ ਹੋ ਸਕਦਾ। ਇੱਥੇ ਗੱਲ ਕਰਦਿਆਂ ਨਾ ਇਹਨਾਂ ਦੇ ਅੰਦਰ ਡੋਗਰੇ ਬੈਠੇ ਨੇ, ਧਿਆਨ ਸਿੰਘ ਡੋਗਰਾ ਬੈਠਾ ਹੈ, ਉਹ ਅੰਦਰ ਦੂਜੀ ਖੋ ਲੈ ਕੇ ਆਏ ਸੀ, ਕਿਉਂਕਿ ਗਰਦਾਰ ਦੇ ਵਿੱਚ ਤੇ ਸਰਦਾਰ ਦੇ ਵਿੱਚ ਬਹੁਤਾ ਫਰਕ ਨਹੀਂ ਸੀ ਉਦੋਂ ਨਜ਼ਰ ਆਉਂਦਾ, ਪਰ ਬਾਕੀਆਂ ਨੂੰ ਪਤਾ ਸੀ। ਸਰਦਾਰ ਹਰੀ ਸਿੰਘ ਨਲੂਆ ਵੀ ਇਸ ਗੱਲ ਨੂੰ ਜਾਣਦਾ ਸੀ, ਪਰ ਉਹ ਸ਼ਹੀਦ ਹੋ ਚੁੱਕਿਆ ਸੀਗਾ। ਜਿਸ ਦਿਨ ਉਹਨਾਂ ਅੰਗਰੇਜ਼ਾਂ ਨੇ ਇਹ ਗੱਲ ਕਹੀ ਨਾ, ਕਹਿੰਦੇ ਜੀ ਵੀ ਅਸੀਂ ਸੁਣਿਆ ਵੀ ਤੁਹਾਡਾ ਨਲੂਆ ਤੁਹਾਡੇ ਕੋਲੇ ਵੀ ਉਹ ਸ਼ੇਰ ਦਾ ਸ਼ਿਕਾਰ ਕਰ ਦਿੰਦਾ। ਕਹਿੰਦੇ ਜੀ ਹਾਂ, ਕਹਿੰਦੇ ਵੀ ਸਾਡੇ ਸਾਹਮਣੇ ਵੀ ਕਰਾ ਕੇ ਦਿਖਾਓ। ਜਦੋਂ ਸ਼ੇਰ ਲਿਆਂਦਾ ਸਾਹਮਣੇ ਸ਼ਸਤਰ ਨਾਲ ਨਹੀਂ ਜੀ, ਉਹਨੇ ਕੀ ਕੀਤਾ, ਸਰਦਾਰ ਹਰੀ ਸਿੰਘ ਨਲੂਆ ਨੇ ਜੁਆੜਿਆਂ ਤੋਂ ਫੜਿਆ ਤੇ ਪਾੜਤਾ ਸ਼ੇਰ ਨੂੰ ਜਦੋਂ ਮਰਿਆ ਨਾ, ਤੇ ਮਹਾਰਾਜਾ ਰਣਜੀਤ ਸਿੰਘ ਬੜੇ ਖੁਸ਼ ਹੋਏ, ਅੰਗਰੇਜ਼ ਵੀ ਬੜੇ ਖੁਸ਼ ਹੋਏ, ਡੋਗਰੇ ਬੈਠੇ ਸਨ ਉਹਨਾਂ ਨੇ ਉਸ ਜਗ੍ਹਾ ਤੇ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗੇ ਮਹਾਰਾਜਾ ਸਾਹਿਬ ਕਹਿੰਦੇ ਆ ਸ਼ੇਰ ਮਾਰਨ ਦੀ ਤਾਂ ਕੋਈ ਗੱਲ ਨਹੀਂ, ਤਾਂ ਚਾਹੇ ਰੋਜ਼ ਮਰਾ ਲਿਆ ਕਰੋ, ਇੱਕ ਮਾਰ ਦਿਆ ਕਰਾਂਗਾ, ਕੋਈ ਵੱਡੀ ਗੱਲ ਨਹੀਂ। ਪਰ ਕਹਿਣ ਲੱਗੇ ਵੀ ਜਿਸ ਦਿਨ ਤੇਰਾ ਆ ਹਰੀ ਸਿੰਘ ਨਲੂਆ ਕਹਿੰਦੇ ਆ ਸ਼ੇਰ ਮਰ ਗਿਆ, ਕਹਿੰਦੇ ਇਹਨਾਂ ਗਦਾਰਾਂ ਨੇ ਤੇਰਾ ਰਾਜ ਭਾਗ ਰੋੜ ਦੇਣਾ, ਉਹਨੇ ਗੱਲ ਕਹੀ ਸੀ। ਹੋਇਆ ਵੀ ਉਹ ਕੁਝ ਜੀ, ਇੱਥੇ ਅੱਜ 1837 ਦੇ ਵਿੱਚ ਮੀਟਿੰਗ ਦੇ ਵਿੱਚ ਇਹ ਗੱਲ ਕਹਿ ਦਿੱਤੀ, ਕਹਿੰਦੇ ਜੀ ਵੀ ਅੱਜ ਤੁਸੀਂ ਸਰੀਰ ਦੇ ਵਿੱਚ ਬੈਠੇ ਹੋ, ਤੁਸੀਂ ਆਪਣੇ ਬੈਠਿਆਂ ਬੈਠਿਆਂ ਸਿੱਖਾਂ ਦਾ ਬਾਦਸ਼ਾਹ ਘੋਸ਼ ਕਰਕੇ ਜਾਓ ਵੀ ਕੌਣ ਹੋਏਗਾ। ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਕੱਲਾ ਕੱਲਾ ਮੈਂਬਰ ਇਹਨਾਂ ਡੋਗਰਿਆਂ ਨੇ ਤਖ਼ਤ ਤੇ ਬਿਠਾ ਕੇ ਮਾਰੇ, ਕਦੇ ਕਿਸ ਚਾਲ ਨਾਲ ਕਦੇ ਕਿਸੇ ਚਾਲ ਨਾਲ। ਅੱਜ ਦੋ ਮਾਂ ਤੇ ਪੁੱਤ ਬਚ ਗਏ ਆ, ਮਹਾਰਾਣੀ ਜਿੰਦ ਕੌਰ ਜੋ ਸਰਦਾਰ ਮੰਨਾ ਸਿੰਘ ਔਲਖ ਦੀ ਧੀ ਹੈ, ਤੇ ਇੱਕ ਇਹਦਾ 5 ਸਾਲਾਂ ਦਾ ਪੁੱਤਰ ਹੈ ਸਿੱਖਾਂ ਦਾ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ 5 ਸਾਲ ਦਾ ਸੀ। ਤਖ਼ਤ ਤੇ ਬਿਠਾਉਣ ਲੱਗੇ, ਕਹਿਣ ਲੱਗੇ ਮਹਾਰਾਣੀ ਜਿੰਦ ਕੌਰ ਨੂੰ, ਕਹਿੰਦੇ ਆ ਵੀ ਮਹਾਰਾਣੀ ਵੀ ਤਖ਼ਤ ਇੰਜ ਖਾਲੀ ਚੰਗਾ ਨਹੀਂ ਲੱਗਦਾ, ਜਾਂ ਤਖ਼ਤ ਤੇ ਤੁਸੀਂ ਬੈਠੋ ਜਾਂ ਆਪਣੇ ਪੁੱਤ ਨੂੰ ਬਿਠਾਓ। ਉਹ ਕਹਿੰਦੀ ਵੀ ਨਾ, ਮੈਂ ਤਖ਼ਤ ਤੇ ਬੈਠਾ ਨਾ ਮੇਰਾ ਪੁੱਤਰ ਬੈਠੇ, ਅਸੀਂ ਤਖ਼ਤ ਤੇ ਨਹੀਂ ਬਹਿਣਾ, ਅਸੀਂ ਤਖ਼ਤ ਤੇ ਨਹੀਂ ਬੈਠਣਾ ਗਾ। ਉਹ ਕਹਿੰਦੇ ਦੇਖੋ ਜੇ ਤੁਸੀਂ ਨਹੀਂ ਬਿਠਾਓਗੇ ਸਾਨੂੰ ਧੱਕਾ ਕਰਨਾ ਪੈਣਾ, ਅਸੀਂ ਧੱਕੇ ਨਾਲ ਬਿਠਾ ਦੇਵਾਂਗੇ, ਫਿਰ ਤੁਸੀਂ ਕਹੋਗੇ ਵੀ ਮੇਰੀ ਗੱਲ ਨਹੀਂ ਸੁਣੀ ਇਹਨਾਂ। ਮਹਾਰਾਣੀ ਨੇ ਚਲੋ ਇਸ ਗੱਲ ਨਾਲ ਸਮਝੌਤਾ ਕਰ ਲਿਆ। ਜਦੋਂ ਬੱਚੇ ਨੂੰ ਬਿਠਾਉਣ ਲੱਗੀ ਤੇ ਆਪਣੇ ਪੁੱਤ ਨੂੰ ਇੱਕ ਗੱਲ ਕਹੀ, ਕਹਿਣ ਲੱਗੀ ਪੁੱਤਰ ਜਦੋਂ ਵੀ ਕੋਈ ਕੰਮ ਕਰਨਾ ਨਾ ਮੇਰੇ ਵੱਲ ਦੇਖ ਲੈਣਾ, ਜੇ ਮੈਂ ਹਾਂ ਦੇ ਵਿੱਚ ਸਿਰ ਹਿਲਾਵਾਂਗੀ ਤਾਂ ਕਾਰਜ ਕਰਨਾ, ਜੇ ਨਾਂ ਦੇ ਵਿੱਚ ਸਿਰ ਹਿਲਾ ਦੇਵਾਂਗੀ ਨਹੀਂ ਕਰਨਾ। ਕਈ ਚੀਜ਼ਾਂ ਐਸੀਆਂ ਸਨ ਜਿਹੜੇ ਡੋਗਰੇ ਸ਼ੇਰੇ ਪੰਜਾਬ ਦੇ ਪੁੱਤਰ ਤੋਂ ਤਖ਼ਤ ਦੇ ਉੱਤੋਂ ਕਹਾਉਣਾ ਚਾਹੁੰਦੇ ਸਨ, ਵੀ ਇਹ ਉਸ ਤਖ਼ਤ ਤੋਂ ਐਲਾਨ ਹੋਇਆ ਵੀ ਇਸ ਤਰ੍ਹਾਂ ਹੋਣਾ ਚਾਹੀਦਾ। ਮਾਂ ਸਾਹਮਣੇ ਖੜਦੀ ਹੈ, ਨਾਂ ਦੇ ਵਿੱਚ ਸਿਰ ਹਿਲਾ ਦਿੰਦੀ ਹੈ। ਜਦੋਂ ਲੰਬਾ ਸਮਾਂ ਇਸ ਤਰ੍ਹਾਂ ਚੱਲਦਾ ਗਿਆ, ਅੰਗਰੇਜ਼ਾਂ ਨੇ ਗੱਲ ਕਹੀ, ਕਹਿਣ ਲੱਗੀ ਵੀ ਇਸ ਤਰ੍ਹਾਂ ਨਹੀਂ ਠੀਕ ਆਉਣਾ ਗਾ ਕਾਰਜ, ਵੀ ਜਦ ਤੱਕ ਇਹਦੀ ਮਾਂ ਇਹਦੇ ਸਾਹਮਣੇ ਹੈ ਵੀ ਆਪਣਾ ਕੋਈ ਵੀ ਕਾਰਜ ਸਿਰੇ ਨਹੀਂ ਚੜੇਗਾ, ਆਪਾਂ ਪੰਜਾਬ ਦੇ ਉੱਤੇ ਰਾਜ ਨਹੀਂ ਕਰ ਸਕਾਂਗੇ, ਵੀ ਤੁਸੀਂ ਮਾਂ ਤੇ ਪੁੱਤ ਨੂੰ ਅਲੱਗ ਕਰ ਦਿਓ। ਸ਼ਾਲਾਮਾਰੀ ਬਾਗ ਦੇ ਵਿੱਚ ਫਿਰ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਜਾਂਦੇ ਨੇ, ਉੱਥੇ ਰਹੇ। ਉਹ ਕਹਿੰਦੇ ਵੀ ਮੈਂ ਆਪਣੀ ਮਾਂ ਦੇ ਕੋਲ ਜਾਣਾ ਹੈ, ਮੈਨੂੰ ਮੇਰੀ ਮਾਂ ਤੋਂ ਬਿਨਾਂ ਨੀਂਦ ਨਹੀਂ ਆਉਂਦੀ, ਮੈਂ ਮਾਂ ਨਾਲ ਸੌਣਾ, ਰੋਟੀ ਵੀ ਮਾਂ ਨਾਲ ਖਾਵਾਂਗਾ।
ਮਾਂ ਤੇ ਪੁੱਤ ਨੂੰ ਉੱਥੋਂ ਇਹੋ ਜਿਹਾ ਅਲੱਗ ਕੀਤਾ ਜੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਮਹਾਰਾਣੀ ਜਿੰਦ ਕੌਰ ਨੂੰ ਵੀ ਪਤਾ ਸੀ ਆਉਣ ਵਾਲੇ ਸਮੇਂ ਦਾ। ਉਹਨਾਂ ਫਿਰ ਦੋ ਚਿੱਠੀਆਂ ਲਿਖੀਆਂ, ਇੱਕ ਸਰਦਾਰ ਅਟਾਰੀ ਵਾਲੇ ਸਰਦਾਰ ਨੂੰ, ਸਰਦਾਰ ਸ਼ਾਮ ਸਿੰਘ ਜੀ ਨੂੰ, ਇੱਕ ਚਿੱਠੀ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਨੂੰ ਅਕਾਲ ਤਖ਼ਤ ਸਾਹਿਬ ਤੇ ਭੇਜੀ ਗਈ। ਉਸ ਸਮੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਸੀ ਉਦੋਂ। ਤੇ ਉਸ ਵਕਤ ਜਦੋਂ ਫਿਰ ਇੱਥੇ ਆਏ ਨਾ, ਅਟਾਰੀ ਵਾਲੇ ਸਰਦਾਰ ਕੋਲੇ ਵੀ ਸਭ ਕੁਝ ਚਲਾ ਗਿਆ। ਜਦ ਬਾਬਾ ਜੀ ਉਦੋਂ ਬਾਬਾ ਬੁੱਢਾ ਸਾਹਿਬ ਦੀ ਬੇਰ ਦੇ ਹੇਠਾਂ ਬੈਠੇ ਨੇ, ਦਰਬਾਰ ਸਾਹਿਬ ਦੀ ਪਰਿਕਰਮਾ ਆਨੰਦ ਦੇ ਵਿੱਚ ਬੈਠੇ ਨੇ, ਉੱਥੇ ਅਰਬੀ ਰੰਗ ਦੇ ਵਿੱਚ ਰੰਗੇ ਹੋਏ। ਜਦੋਂ ਜਾ ਕੇ ਫਤਿਹ ਬੁਲਾਈ ਦੱਸਿਆ ਵੀ ਮਹਾਰਾਣੀ ਜਿੰਦ ਕੌਰ ਨੇ ਭੇਜਿਆ ਜੀ, ਸਿੰਘਾਂ ਨੂੰ ਕਹਿਣ ਲੱਗੇ ਵੀ ਇਹਨੂੰ ਜਲ ਪਾਣੀ ਛਕਾਓ। ਕਹਿੰਦੇ ਜੀ ਜਲ ਪਾਣੀ ਨਹੀਂ ਛਕਣਾ, ਬੇਨਤੀ ਲੈ ਕੇ ਆਏ ਵੀ ਹੁਣ ਕਿਰਪਾ ਕਰਕੇ ਬੇਨਤੀ ਪ੍ਰਵਾਨ ਕਰਿਓ। ਚਿੱਠੀ ਜਦੋਂ ਸਾਹਮਣੇ ਕੀਤੀ, ਪੜ੍ਹ ਲਈ ਸਿੰਘ ਸਾਹਿਬ ਜੀ ਨੇ ਤੇ ਹੱਸਣ ਲੱਗ ਪਏ ਜੀ। ਹੱਸੇ, ਕਹਿੰਦੇ ਵੀ ਇਹਨਾਂ ਨੂੰ ਸਰਨਾ ਨਹੀਂ, ਸਾਨੂੰ ਪਤਾ ਸੀ ਵੀ ਇਹ ਨਹੀਂ ਇਹਨਾਂ ਤੋਂ ਸੈੱਟ ਆਉਣਾ। ਗੋਲੀ ਛਿੱਕਾ ਇੱਕ ਦੂਸਰੇ ਦੇ ਵੱਲੋਂ ਚੱਲਦਾ ਰਿਹਾ। ਜਦੋਂ ਹੁਣ ਪਤਾ ਲੱਗਿਆ ਵੀ ਗੋਲੀ ਛਿੱਕਾ ਦੋਨੇ ਤਰਫਾਂ ਦੇ ਮੁੱਕ ਚੁੱਕੇ ਹੈ, ਅੰਗਰੇਜ਼ ਵੀ ਚਲੇ ਗਏ, ਉਹਨਾਂ ਨੂੰ ਇਹ ਸੀ ਵੀ ਸਭ ਕੁਝ ਅਸੀਂ ਖਤਮ ਕਰ ਦਿੱਤਾ। ਇਸ ਧਰਤੀ ਦੇ ਉੱਤੇ ਸਿੱਖ ਕੌਮ ਦੇ ਮਹਾਨ ਜਰਨੈਲ ਸੱਤਵੇਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬੁੱਢਾ ਦਲ ਦੇ ਸਿੰਘ ਸਾਹਿਬ ਬਾਬਾ ਹਨੂੰਮਾਨ ਸਿੰਘ ਜੀ 1845 ਦੇ ਅੰਦਰ ਫਿਰ ਇਸ ਧਰਤੀ ਤੇ ਸ਼ਹਾਦਤ ਦਾ ਜਾਮ ਪੀਂਦੇ ਹੈ। ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਜਿਹੜੇ ਬਾਕੀ ਦੇ ਵੀ ਕੁਝ ਸਿੰਘ ਸ਼ਹੀਦ ਹੋਏ, ਉਹਨਾਂ ਦੇ ਸਰੀਰਾਂ ਨੂੰ ਇੱਕ ਜਗ੍ਹਾ ਤੇ ਇਕੱਤਰ ਕਰਕੇ ਬਾਬਾ ਜੀ ਦੇ ਲਈ ਅਲੱਗ ਤੋਂ ਅੰਗੀਠਾ ਸਾਹਿਬ ਚਿਣਿਆ ਗਿਆ, ਸਿੰਘਾਂ ਦੇ ਲਈ ਅਲੱਗ ਤੋਂ। ਫਿਰ ਇਸ ਧਰਤੀ ਤੇ 1845 ਦੇ ਵਿੱਚ ਉਹਨਾਂ ਦੇ ਸਰੀਰਾਂ ਦਾ ਸੰਸਕਾਰ ਕੀਤਾ ਗਿਆ ਬੜੀ ਭਾਵਨਾ ਦੇ ਨਾਲ। ਸੰਸਕਾਰ ਤੋਂ ਬਾਅਦ ਬਾਕੀ ਦੇ ਫਿਰ ਜਿਹੜੇ ਸਿੰਘ ਸਨ ਉਹ ਇੱਥੇ ਗੁਰਬਾਣੀ ਦਾ ਜਾਪ ਵੀ ਹੋਇਆ ਤੇ ਕੁਝ ਸਮਾਂ ਇੱਥੇ ਰਹਿ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਸਰੂਪ ਨਗਾਰਾ ਨਿਸ਼ਾਨ ਸਾਹਿਬ ਇਹ ਲੈ ਕੇ ਜੀ ਇੱਥੋਂ ਫਿਰ ਹਜ਼ੂਰ ਸਾਹਿਬ ਨੂੰ ਚਲੇ ਗਏ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਫਿਰ ਇਸ ਪਾਵਨ ਅਸਥਾਨ ਨੂੰ ਸ੍ਰੀ ਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਮਹਾਂਪੁਰਖਾਂ ਨੇ ਪ੍ਰਗਟ ਕੀਤਾ ਤੇ 1993 ਦੇ ਵਿੱਚ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀ ਅਖੰਡ ਪਾਠ ਸਾਹਿਬਾਂ ਦੀ ਆਰੰਭ ਕਰਵਾਈ ਔਰ ਉਹਨਾਂ ਦੇ ਹੁਕਮ ਦੇ ਨਾਲ ਫਿਰ ਇੱਥੇ ਦੇਸੀ ਘਿਓ ਦਾ ਲੰਗਰ ਦਸਵੀਂ ਮਨਾਈ ਜਾ ਰਹੀ ਹੈ, ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ, ਵੱਡੇ ਵੱਡੇ ਸਮਾਗਮ ਜਿਵੇਂ ਕੱਲ੍ਹ ਗੁਰੂ ਰਾਮਦਾਸ ਮਹਾਰਾਜ ਦਾ ਪੁਰਬ ਲੰਘ ਕੇ ਹਟਿਆ, ਸ਼ਹੀਦੀ ਦਿਹਾੜੇ, ਗੁਰਪੁਰਬ, ਜੋਤੀ ਜੋਤ ਸਮਾਉਣੇ, ਇਹ ਸਤਿਗੁਰੂ ਦੀ ਕਿਰਪਾ ਨਾਲ ਅਸਥਾਨ ਤੇ ਮਨਾਏ ਜਾਂਦੇ ਨੇ। ਇਹ ਪਾਵਨ ਅਸਥਾਨ ਚੰਡੀਗੜ੍ਹ ਦੇ ਨਜ਼ਦੀਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਜੋ ਮੋਹਾਲੀ 78 ਸੈਕਟਰ ਦੇ ਵਿੱਚ ਪੈਂਦਾ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵੱਡੇ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਹੈ, ਬੜੀ ਦੂਰੋਂ ਦੂਰੋਂ ਸੰਗਤਾਂ ਭਾਵਨਾ ਲੈ ਕੇ ਆਉਂਦੀਆਂ ਦੇ ਇਨਸਾਨ ਆਉਂਦਾ ਉੱਥੇ ਜਿੱਥੇ ਪਤਾ ਹੋਵੇ ਵੀ ਇੱਥੇ ਭਾਵਨਾ ਪੂਰੀ ਹੋਏਗੀ। ਸੋ ਇਹ ਸਨ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਜਿਨ੍ਹਾਂ ਦੇ ਨਾਲ ਗੁਰ ਵਿਚਾਰਾਂ ਹੋਈਆਂ ਨੇ, ਇਤਿਹਾਸ ਦੀ ਵੀ ਸਾਂਝ ਪਾਈ ਗਈ ਹੈ ਤੇ ਅੱਜ ਲੋੜ ਹੈ ਕਿ ਅਸੀਂ ਸਾਰੇ ਹੀ ਆਪਣੇ ਸਿੱਖ ਇਤਿਹਾਸ ਤੋਂ ਜਾਣੂ ਹੋਈਏ ਅਤੇ ਗੁਰਬਾਣੀ ਦੇ ਲੜ ਲੱਗੀਏ। ਸੋ ਐਸੇ ਇੱਕ ਮਹਾਨ ਹੋਰ ਮਹਾਂਪੁਰਸ਼ ਦੇ ਨਾਲ ਤੁਹਾਨੂੰ ਮਿਲਾਵਾਂਗੇ, ਗੁਰ ਵਿਚਾਰਾਂ ਵੀ ਸਾਂਝੀਆਂ ਕਰਾਂਗੇ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।